ਇੰਸ਼ੋਰੈਂਸ ਕਰਾਉਣਗੇ ਯਾਰ ਬੰਦੇ ਨਾਲ ਤੂੰ ਕਹੀ ਜਾਣ ਡਿਆ ਮੇਰੇ ਅੱਬੂ ਵੀ ਅਸੀਂ ਕੰਮ ਕਰਦੇ ਹਾਜੀ ਵਰਗਾ ਬਜ਼ੁਰਗ ਦੋ ਦੋ ਘੰਟੇ ਬੂਹੇ 'ਚ ਖਲੋਤਾ ਰਹਿੰਦਾ ਵਾ ਬੂਹਾ ਖੁੱਲ੍ਹੇ ਤਾਂ ਕਹਿੰਦਾ ਮੇਰੇ ਕੋਲ ਖੜਕਾਇਆ ਹੀ ਨਹੀਂ ਗਿਆ ਰੋਜ਼ ਰਾਤ ਨੂੰ ਨਾ 9:30 ਵਜੇ ਜਦੋਂ ਨੇ ਜਾਣਾ ਹੁੰਦਾ ਤਾਂ ਇਹਦੀ ਕੋਈ ਗੱਲ ਨਹੀਂ ਮੇਰੇ ਕੋਲ ਆ ਕੇ ਉਸਤਾਦ ਜੀ ਮੈਂ ਕਹੂੰ ਹਾਂਜੀ ਮੋਟਰਸਾਈਕਲ ਆ ਜਾਂ ਸਵੇਰੇ ਜਲਦੀ ਆ ਜਾਊਂਗਾ ਅਸਲਾਮ ਵਾਲੇਕੁਮ ਟੀ ਟਾਈਮ ਮੈਂ ਖੁਸ਼ ਆਮਦੀਦ ਕੈਸੇ ਆਪ ਨਾਦਰੇ ਯਾਰੇ ਮੇਰੇ ਨਾਲ ਰਹੀ ਨਾ ਤੈਨੂੰ ਕੀ ਕੀ ਹਾਲ ਚਾਲ ਆ ਠੀਕ ਠਾਕ ਭਾਜੀ ਉਹ ਨਾ ਫੈਸਲ ਮੁਜ਼ਾਕਰਾਤ ਫਰੀਦ ਵੀ ਤੁਹਾਨੂੰ ਪਤਾ ਹੀ ਆ ਅਬਾਸ ਸਾਹਿਬ ਆਏ ਨਹੀਂ ਤਿੰਨ ਚਾਰ ਦਿਨ ਹੋ ਗਏ ਨੇ ਉਹ ਸਾਡਾ ਇਸਲਾਮਾਬਾਦ ਗਿਆ ਸੀ ਬਸ ਹਾਂਜੀ ਉਹ ਵੀ ਮੈਨੂੰ ਫੋਨ ਕਰਕੇ ਬੁਲਾਇਆ ਸੀ ਇਸਲਾਮਾਬਾਦ ਉਹ ਆ ਕੇ ਅਤੇ ਅਗਲੇ ਦਿਨ ਉਹਦਾ ਮੈਸੇਜ ਆਇਆ ਕਿ ਮੇਰੀ ਤਬੀਅਤ ਨਹੀਂ ਸਹੀ ਅਗਲੇ ਦਿਨ ਫਿਰ ਮੈਸੇਜ ਆਇਆ ਮੈਨੂੰ ਟ੍ਰਿਪ ਲੱਗੀ ਹੈ ਉਸ ਤੋਂ ਬਾਅਦ ਅੱਜ 3 ਦਿਨ ਹੋ ਗਏ ਕੋਈ ਪਤਾ ਨਹੀਂ ਅਤੇ ਦਾਨਿਸ਼ ਭਾਈ ਜਿਹੜੇ ਨੇ ਉਹ ਵੀ ਮੈਂ ਕੋਈ 15-20 ਦਿਨ ਦੁਬਈ ਰਹਿ ਕੇ ਆਇਆ ਉਹ ਤਾਂ ਛੁੱਟੀਆਂ ਹੀ ਸੀ ਉਸ ਤੋਂ ਬਾਅਦ ਮੈਨੂੰ ਹੁਣ 8-10 ਦਿਨ ਹੋ ਗਏ ਉਹਨਾਂ ਨੂੰ ਘਰ ਮਸਲਾ ਬਣਿਆ ਕੋਈ ਪਤਾ ਨਹੀਂ ਕੋਈ ਪ੍ਰੋਬਲਮ ਅੱਲਾ ਬਿਹਤਰ ਕਰੇ ਉਹਨਾਂ ਵਾਸਤੇ ਅਤੇ ਉਹ ਵੀ ਨਹੀਂ ਆ ਰਹੇ ਠੀਕ ਹੈ ਜੀ ਅਤੇ ਪਿੱਛੇ ਅਸੀਂ ਰਹਿ ਗਏ ਹਾਂ ਮੈਂ ਇਕੱਲਾ ਹੀ ਬੜਾ ਵਸਤਾ ਜੀ ਇੱਦਾਂ ਨਹੀਂ ਕਰੀਦਾ ਹੁੰਦਾ ਨਜ਼ਰ ਲੱਗ ਜਾਂਦੀ ਹੁੰਦੀ ਆ ਦੁਨੀਆ ਵੇਚਦੀ ਆ ਮਤਲਬ ਕੋਈ ਕੋਈ ਸੱਜਣ ਸੌ ਦੁਸ਼ਮਣ ਉਸਤਾਦ ਜੀ ਐਂ ਨਹੀਂ ਕਰੀਦਾ ਹੁੰਦਾ ਉਸਤਾਦ ਜੀ ਨੇ ਇੰਝ ਕਲੋਜ਼ ਕੀਤਾ ਜਿਵੇਂ ਠਾਕਰ ਪੈ ਗਿਆ ਤੁਹਾਡੀਆਂ ਗੱਲਾਂ ਤਾਂ ਮੈਨੂੰ ਗੱਲ ਯਾਦ ਆਈ ਮੈਡੀ ਵੰਗ ਵੇ ਢੋਲਾ ਰੋਂਦੀ ਨੂੰ ਮਾਣੀ ਵੇ ਕਿੱਥੇ ਜਾ ਕੇ ਵਸੇ ਆਏ ਮੈਡੇ ਦਿਲ ਦਾ ਜਾਨੀ ਤੇਡੇ ਪਿਆਰ ਵਿੱਚ ਵੇ ਬਦਨਾਮ ਹੋਈਆਂ ਤੇਡੀਆਂ ਨਿਸ਼ਾਨੀਆਂ ਸੀਨੇ ਲਾ ਕੇ ਰੋਈਆਂ ਪਿੱਛੋਂ ਮੁੜ ਵੇ ਢੋਲਾ ਤੇਡੀ ਲੋੜ ਪੈ ਗਈ ਵੇ ਸਾਮਕਦੇ ਪਏ ਨੇ ਪਿੱਛਾ ਮਿਲ ਤੂੰ ਆ ਕੇ ਵੇ ਪਿੱਛੋਂ ਮੁੜ ਵੇ ਢੋਲਾ ਜਸ ਆ ਗਏ ਸਾਜੀ ਮਤਲਬ ਜਿਹੜਾ ਇਹਦੇ ਚ ਨੁਕਸ ਆ ਨਾ ਉਹ ਈਜ਼ੀਲੀ ਸੋਫਟਵੇਅਰ ਦੇ ਵਿੱਚ ਬਲਕਿ ਨੁਕਸ ਕੀ ਆ ਕੋਈ ਵੀ ਨੀਗਾ ਮਤਲਬ ਕਿਤੇ ਹੋ ਗਿਆ ਕਿ ਚਲੋ ਕਿਤੇ ਆਵਾਜ਼ ਮਾੜਾ ਮੋਟਾ ਕਿਤੇ ਸੁਰ ਹਲਕਾ ਫੁਲਕਾ ਉਹ ਈਜ਼ੀਲੀ ਆਰਾਮ ਦੇ ਨਾਲ ਨੋਨੀ ਦਾ ਕਵਰ ਹੋ ਜਾਣਾ ਜਿਹੜੀ ਨੋਨੀ ਇਸ ਟਾਈਮ ਪੂਰਾ ਪ੍ਰੋਫੈਸ਼ਨਲ ਸਿੰਗਰ ਆ ਹਾਂਜੀ ਮੈਂ ਤੁਹਾਨੂੰ ਸਹੀ ਕਹਿ ਰਿਹਾ ਮੈਂ ਤੂੰ ਵੀ ਇਸ ਟਾਈਮ ਕੱਖ ਵੀ ਨੀਗਾ ਯਕੀਨ ਕਰ ਤੁਹਾਡਾ ਦੋਵਾਂ ਦਾ ਬਿਲਕੁਲ ਜ਼ਮੀਨ ਅਸਮਾਨ ਦਾ ਸੇਮ ਆ ਸਾਹਿਬ
ਮੈਨੂੰ ਯਕੀਨ ਮੰਨੋ, ਮੈਂ ਕਮੈਂਟਸ ਪੜਿਆ ਤੇ ਕਮੈਂਟਸ ਪੜ ਕੇ ਮੇਰੀ ਲੇਅਰ ਨਿਕਲ ਗਈ, ਚੀਕ ਪਈ। ਇੱਕ ਬੰਦੇ ਨੇ ਕਿਹਾ ਤੇਰੀ ਆਵਾਜ਼ ਕਿਸ਼ੋਰ ਕੁਮਾਰ ਸਾਰਾ ਮਿੱਠਾ ਜੀ ਮਿਲਦੀ ਹੈ। ਆ ਦੇਖੋ, ਜਾਣੇ ਕਹਾ ਗਏ ਵੋ ਦਿਨ। ਇਹ ਮੁਕੇਸ਼ ਸਾਹਿਬ ਦਾ ਗਾਣਾ ਸੀ, ਲੇਕਿਨ ਇਹਨੇ ਤੇ ਆਪਣੀ ਆਵਾਜ਼ ਚੈੱਕ ਕਰਾਈ ਨਾ। ਤੁਹਾਨੂੰ ਇਹ ਪਤਾ ਹੀ ਨੀਗਾ ਕਿ ਤੁਹਾਡੇ ਵਿੱਚ ਇੱਕ ਸਿੰਗਰ ਫਿਰ ਰਿਹਾ ਜਿਹੜਾ ਸਿਰਫ ਆਪ ਨੀ ਗਾ ਰਿਹਾ, ਜਾਣ ਕੇ ਤੈਨੂੰ ਕਿਸੇ ਨਾਲ ਪ੍ਰੋਬਲਮ ਹੈ ਯਾਰ, ਤੂੰ ਉਹਦੀ ਗੱਲ ਕਿਉਂ ਨੀ ਸੁਣਦਾ? ਕਿੰਨੀ ਅੱਛੀ ਗੱਲ ਕੀਤੀ, ਵੀ ਕਟਿੰਗ ਕਰਾਈ ਹੈ ਕਿ ਬਰੀਕ ਗਲੀ ਚੋਂ ਲੰਘ ਗਿਆ। ਸਮਝ ਆਉਂਦੀ ਕੋਈ ਇਸ ਗੱਲ ਦੀ? ਸਵਾਰੀ ਰੋਟੀ ਖਾਂਦੀ ਹੁਣ ਤੇਰੇ ਬੱਚੇ ਪੋਟੇ ਨੀ ਖਾਂਦੇ ਭਾਈ, ਮੈਂ ਖਾ ਲਵਾਂ ਪੋਟਾ, ਮੈਂ ਖਾ ਲਵਾਂ ਭਾਈ। ਉਸਤਾਦ ਜੀ ਇਹਨੇ ਉਹਨਾਂ ਕੋਲ ਪੈਸੇ ਲਏ ਆ, ਇਹਨੇ 2500 ਦੇਣਾ ਹੁੰਦਾ ਨਾ, ਉੱਥੇ ਤੇ ਜਾਂਦਾ ਹੀ ਨਹੀਂ। ਮੇਰਾ ਰੋਲਾ ਪਤਾ ਕੀ ਉਸਤਾਦ ਜੀ, ਕੱਲ ਨੂੰ ਨਹੀਂ ਮੈਂ ਆਉਣਾ, ਛੁੱਟੀ ਕਰਨੀ ਆ, ਮੈਂ ਜਾ ਰਿਹਾ ਵਾ ਉਹ ਪਾਸ਼ਾ ਬ੍ਰਾਂਡ ਦੀ ਕੂ ਕਰਨ। ਪਾਸ਼ਾ ਬ੍ਰਾਂਡ ਦੀ ਨੀ, ਤੈਨੂੰ ਵੇਖਣ ਆ ਰਹੇ ਸੀ, ਤੇਰਾ ਬਕਵਾਸ ਕਰ। ਕੌਣ ਭਾਜੀ ਨੂੰ ਵੇਖਣ ਆ ਰਹੇ? ਸਹੀ ਗੱਲ ਆ ਜੀ, ਮਾਸ਼ਾਅੱਲਾ, ਕੋਈ ਅੱਲਾ ਧੀ ਪੁੱਤ ਦੇਣ ਵਾਲਾ ਵਾ, ਧੀ ਦੇਣ ਵਾਲਾ ਅੱਲਾ ਕਿਸੇ ਦੀ ਇਹਨੂੰ। ਅੱਛਾ ਮੈਨੂੰ? ਹਾਂ ਨਹੀਂ ਸਾਜੇ, ਉਹ ਨਾ ਉਹਨਾਂ ਦਾ ਮਾਡਲਿੰਗ ਕਰਨੀ ਆ, ਤੇ ਉਹਨਾਂ ਨੇ ਕਿਹਾ ਇਹ ਐਸ ਐਮ ਡੀ ਨਾ ਤੇਰੀਆਂ ਬਣਵਾ ਕੇ ਸੀ, ਉਹ ਰੋਡਾਂ ਤੇ ਲਾਣੀ ਆ ਮਦੀਨਾ ਟੋਨ ਡੀ ਰੋਡ ਵੇਖਣ ਆਇਆ। ਉਸਤਾਦ ਜੀ ਇੰਜ ਕਰਕੇ ਸਾਰੇ ਗੱਲਾਂ ਕਰ ਰਹੇ ਤੇ ਸਾਰਿਆਂ ਨੂੰ ਕਹਿ ਰਿਹਾ ਇਹਨਾਂ ਨੂੰ ਗੱਲਾਂ ਕਰਦੇ ਆਪਾਂ ਕੇ ਪਤਾ ਨਹੀਂ ਚੱਲ ਗਏ। ਕਾਟਨ ਸਾਟਨ ਗੁਲ ਅਹਿਮਦ ਕਾਟਨ ਪਾਸ਼ਾ ਬ੍ਰਾਂਡ ਠੀਕ ਆ, ਨਰੋਜ਼ੀ ਉਸਤਾਦ ਜੀ, ਇਹ ਜਿੰਨੇ ਜਿੰਨੇ ਬ੍ਰਾਂਡਾਂ ਦੇ ਨਾਂ ਲੈਂਦਾ ਨਾ, ਇਹ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਆਹ ਦੇਖੋ ਭਾਈ 400 ਤੁਸੀਂ ਦੇਣਾ, 400 ਤੁਸੀਂ ਦੇਣਾ, 800 ਤੁਸੀਂ ਦੇਣਾ। ਪਾਗਲਾ ਉਹਨਾਂ ਦੀ ਮੇਰਾ ਸ਼ੂਟ ਹੋਣਾ ਉਸਤਾਦ ਜੀ, ਮੇਰੀਆਂ ਤਸਵੀਰਾਂ ਉਹਨਾਂ ਨੇ ਖਿੱਚਣੀਆਂ ਆਪਣੇ ਐਡਰੈਸ ਤੋਂ ਆ ਕੇ। ਤੂੰ ਲੱਸੀ ਦਾ ਗਲਾਸ, ਚਾਟੀ ਦੀ ਲੱਸੀ ਦਾ ਗਲਾਸ ਵੀ ਨੀ ਪਤਾ ਹੁੰਦਾ? ਸਜਾ ਜੀ ਨੇ ਆਫੀਸ ਸਾਰਾ ਕੱਢ ਕੇ ਦਿਖਾਉਣਾ, ਵੇਖੋ ਮੈਂ ਆਉਂਦੇ ਗਲਾਸ ਦਿਓ ਜੀ, ਭਰਾਵਾ ਤੇਰਾ ਕਿਆ ਸੀ ਗੱਲ ਕੀਤੀ। ਜਿੰਨੇ ਬ੍ਰਾਂਡਾਂ ਦੇ ਸੂਟ ਗਣਾਉਂਦੇ ਆ ਨਾ ਦਰਜੀ, ਇਹਦਾ ਸੂਟ ਨਹੀਂ ਫੜਦਾ ਯਕੀਨ ਤਾਂ। ਆਹੋ ਸਹੀ ਗੱਲ ਆ, ਤੂੰ ਜਾਨੀ ਕਿ ਚਾਹ ਮਹੀਨਾ ਇਸ ਤਰ੍ਹਾਂ ਕੀਤਾ, ਮੈਂ ਕੋਈ ਅੱਛੀ ਸ਼ਰਟ ਨਹੀਂ ਹੈ, ਮੈਂ ਕਿੱਦਾਂ ਆਵਾਂ ਪ੍ਰੋਪਸ ਪਾਪਾ ਡਿੱਟੇ ਵੇਲਾ ਟਪਾਉਣ ਡਿਆ ਤੂੰ। ਡੀ ਫੈਸ਼ਨ ਤੋਂ ਕਹਿੰਦਾ ਕਟਿੰਗ ਕਰਾਈਏ, 3 ਵਾਰੀ ਮੈਨੇ ਦੁਬਾਰਾ ਭੇਜਿਆ, ਕੰਨਾਂ ਤੋਂ ਹੌਲੇ ਕਰਾ ਕੇ ਆ ਚੱਲ। ਆਹੋ ਕਸਕਸੇ ਜੇ ਕਸਕਸੇ ਇਹ ਵਾ, ਇਹ ਬਾਅਦ ਕਟਿੰਗ ਹੁੰਦੀ ਜਿਹੜੀ ਅੰਮੀ ਲਾਵਾ ਵੀ ਲੈ ਕੇ ਚੱਲ ਜਾਂਦੀ ਨਾਲ ਨੂੰ ਫੜ ਕੇ, ਆਹ ਕੀ ਕੀਤਾ ਸਾਰਾ ਬੇੜਾ ਕਰਾ, ਬਾਲ ਤੇ ਉਦਾਂ ਹੀ ਸਾਰੇ ਲਾ, ਇਹਨੂੰ ਉਹ ਸਿਰ ਤੇ ਖਲੋ ਕੇ ਉਹਦਾ ਬੇੜਾ ਕਰਾ ਕਰਾ ਲੈਣਾ। ਦਸਤਾ ਜੀ ਛੋਟੇ ਹੁੰਦੇ ਬਹੁਤ ਹੁੰਦੇ, ਅਸੀਂ ਨਾ ਸਟਾਈਲਿਸ਼ ਕਟਿੰਗ ਕਰਾ ਕੇ ਆਣੀ ਤੇ ਨਾ ਅੰਮੀ ਨੇ ਅੱਬੂ ਨੇ ਮੇਰੇ ਆਹ ਕੀ ਕਟਿੰਗ ਕਰਾ ਕੇ ਆਇਆ ਹੈ, ਆ ਪਿੱਛੋਂ ਦੇ ਉਦਾਂ ਹੀ ਆ, ਚੱਲ ਵੀ ਬਾਹਰ ਮੈਂ ਕੱਚੇ ਲੁਕਦਾ ਫਿਰ ਯਾਰ। ਪਹਿਲੇ ਪਹਿਲੇ ਤੇ ਬੱਚੇ ਦੇ ਬੋਧੀ ਜੀ ਪੜਦੇ ਹੁੰਦੇ ਸੀ, ਹੋਰ ਨੀ ਪੜਦੇ ਹੈ ਨਾ, ਉਹ ਬੋਧੀ ਦਾ ਬੜਾ ਰੌਲਾ ਹੁੰਦਾ ਸੀਗਾ, ਨਾ ਉਹ ਨੀ ਸਹੀ ਘਟਦਾ, ਤੇ ਕਹਿੰਦਾ ਮੈਂ ਡੀ ਫੈਸ਼ਨ ਨੂੰ ਕਟਾ ਕੇ ਮੈਂ ਤੇਰੇ ਸਦਕੇ ਜਾਵਾਂ, ਜੂਨ ਸੁਣਾਈ ਤੇਰੇ ਚੰਡਾ ਮਾਰ ਦੇਵੇ। ਇੱਕ ਦਫ਼ਾ ਅਸੀਂ ਲਾਹੌਰ ਅੱਬੂਣਾ ਲਾਹੌਰ ਗਏ ਤੇ ਅਸੀਂ ਕਟਿੰਗ ਕਰਾਉਣ ਸੀਗੇ, ਅੱਜ ਕਟਿੰਗ ਕਰਾਉਣ ਲੈਂਦੇ ਉਹਨੇ ਭਰਾ, ਅਸੀਂ ਕਟਿੰਗ ਕਰਾਉਣ ਬੈਠੇ ਹਾਂ ਤੇ ਅੱਬੂਣਾ ਸ਼ਾਮ ਨੂੰ ਆ ਗਏ, ਅੱਬੂ ਨੇ ਦੇਖਿਆ ਅੱਬੂ ਨਾਈ ਨੇ ਦੂਰੋਂ ਛੋਟੇ ਛੋਟੇ ਕਰਦੇ, ਅਸੀਂ ਉਹਨਾਂ ਨੂੰ ਸਟਾਈਲਿਸ਼ ਤਰੀਕੇ ਨਾਲ ਦੱਸ ਕੇ ਬੈਠੇ। ਉਸਤਾਦ ਜੀ
ਉਹਦੇ ਕੋਲ ਮੈਂ ਡਾਇਮੰਡ ਫਿਸ਼ਰ ਕਰਾਇਆ ਸਕਿਨ ਪਾਲਿਸ਼। ਅੱਛਾ ਯਾਰ, ਅੱਛਾ ਠੀਕ ਹੈ ਯਾਰ, ਅੱਛਾ ਮੈਨੂੰ ਸਾਰਾ ਪਤਾ ਵਾ, ਖੁਦਾ ਦਾ ਨਾਂ, ਡਾਇਮੰਡ ਫਿਸ਼ਰ ਸਾਰਾ ਮੈਨੂੰ ਪਤਾ। ਉਹ ਤੇਰੇ ਵਰਗੇ ਬੱਚੇ ਦਾ ਮੋਟਰਸਾਈਕਲ ਸਾਫ਼ ਕਰਨ ਵਾਲਾ ਕੱਪੜਾ ਨਹੀਂ, ਉਹ 'ਚ ਪਰੌਠਾ ਲਿਆਉਂਦੇ ਹੁੰਦੇ ਲਪੇਟ ਕੇ। ਆਹੋ ਤੇ ਮੈਨੂੰ ਆਹੋ ਸਾਈਜ਼ ਪਿਆਰ ਆ ਗਿਆ। ਉਹ ਵੇਖੋ ਕਿਉਂ ਇੰਨਾ ਕਿਤੇ ਕਢਾਈ ਕਰਨੇ ਆਏ ਹੋਏ। ਸਾਜੀ ਥੱਲੇ ਕਮੈਂਟ ਆਇਆ ਕਿ ਯੇ ਫਲਾਂ ਟੂ ਹੈ ਤੇ ਉਹਨਾਂ ਵਰਗੀਆਂ ਕਾਪੀਆਂ ਕਰਦਾ, ਜਾਣ ਜਾਣ ਕੇ ਐਵੇਂ ਹੈ ਬਣ ਬਣ ਏਦਾਂ ਹੀ ਕਰੀ ਰੱਖੂਗਾ। ਇੱਧਰ ਇੱਧਰ ਮੇਰੇ ਵੱਲ ਦੇਖ, ਕਿਹੜੀ ਕਾਮੇਡੀ ਹੈਗੀ ਆ ਇਹ ਤਾਂ ਯਾਰ। ਤੁਹਾਡੀ ਸਕੂਲ ਚ ਫੰਕਸ਼ਨ ਹੋਣਾ ਤੇ ਬਾਹਰ ਆਇਆ, ਮੈਂ ਕਿਹਾ ਕੀ ਬਣਿਆ ਤੇਰਾ ਭਰਾ, ਕਹਿੰਦਾ ਚਵਲ ਬਣਿਆ। ਡਰਾਮਾ ਹੁੰਦਿਆ ਸੀ ਸਕੂਲ ਚ, ਡਰਾਮਾ ਹੁਣ ਫੰਕਸ਼ਨ ਹੋਈ ਗੱਲ ਵੀ ਉਹਦੇ ਚ ਤੂੰ ਕੀ ਕਰੈਕਟਰ ਕਰ ਰਿਹਾ, ਕਹਿੰਦਾ ਚਵਲ ਬਣਿਆ ਤੇਰਾ ਭਰਾ। ਆਹੋ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ, ਉਹ ਤਾਂ ਕੋਈ ਹਲਕਾ ਜਿਹਾ ਗੈਟਅਪ ਕਰਕੇ ਕੋਈ ਵੀ ਬਣ ਜਾਵੇ। ਬੱਕਰੀ ਲੈ ਕੇ ਬੈਗ ਚਲਾ ਗਿਆ, ਕਹਿੰਦੇ ਨਾਲ ਲਾਉਂਦੇ ਦਿਓ ਵੀ ਬੱਕਰੀ ਦਾ ਲਾਉਂਦੇ ਆ, ਇੰਸ਼ੋਰੈਂਸ ਕਰਾਉਣ ਗਿਆ ਬੱਗਣ ਵਾਲੇ ਨੂੰ ਕਹੀ ਜਾਣ ਡਿਆ, ਮੇਰੇ ਅੱਬੂ ਵੀ ਅਸੀਂ ਕੰਮ ਕਰਦੇ। ਹਾਂ ਦੱਸ ਯਾਰ, ਲੋਕੀ ਜੇਲ੍ਹ ਕਢਾਉਣ ਲੈ ਕੇ ਜਾਂਦੇ, ਇੱਕ ਬੰਦੇ ਨੂੰ ਕਹੀ ਤੇਰਾ ਖੁਸਰਾ ਕਢਾ ਲਿਆ, ਕੀ ਕਢਾ ਲਿਆ ਤੇਰਾ ਖੁਸਰਾ ਕਢਾ ਲਵਾਂ ਬਕਵਾਸ ਨਾ ਕਰੀ ਮਿੱਠੇ। ਮੈਂ ਤੈਨੂੰ ਦੱਸਤਾ ਜਿੰਨੇ ਮਰਜ਼ੀ ਕਲਰ ਲਵਾ ਲਓ, ਜੋ ਮਰਜ਼ੀ ਕਰ ਲੋ, ਆਹ ਦੇਖੋ ਕੈਸਾ ਤੂੰ ਮੇਰੇ ਸਾਹਮਣੇ ਮੈਂ ਤੇਰੇ ਸਾਹਮਣੇ, ਤੁਹਾਨੂੰ ਕਿਹਾ ਮੈਂ, ਮੈਂ ਕਿਹਾ ਤੁਸੀਂ ਨਾ ਵੇਖੋ ਕਿ ਮੈਂ ਲੰਮੇ ਪਿਆ। ਸਾਜੀ ਸੱਚੀ ਮੁੱਜੀ ਬੁੱਢੇ ਹੋ ਗਏ ਭਾਈ, ਜੈਨੂਇਨ ਗੱਲ ਆ, ਮੈਂ ਗੱਲ ਕਰਨ ਲੱਗਾ ਸੀ, ਇੱਕ ਗੱਲ ਆਈ ਨਹੀਂ ਜਿਹੜੀ ਗੱਲ ਜੈਨੂਇਨ ਉਹਨੂੰ ਮੰਨਦਾ। ਸਤਾਜੀ ਵਰਗਾ ਬਜ਼ੁਰਗ ਦੋ ਦੋ ਘੰਟੇ ਬੂਹੇ 'ਚ ਖਲੋਤਾ ਰਹਿੰਦਾ ਵਾ, ਬੂਹਾ ਖੁੱਲਿਆ ਤਾਂ ਕਹਿੰਦਾ ਮੇਰੇ ਕੋਲ ਖੜਕਾਇਆ ਹੀ ਨਹੀਂ ਗਿਆ। ਯਾਰ ਜੀਓ ਤੇ ਪੱਟੀ ਚੱਲੇ ਨਾ ਕਿ ਅਗਲੇ ਹਫ਼ਤੇ ਬਾਰਿਸ਼ ਹੋਣ, ਅਤੇ ਉਸਤਾਦ ਜੀ ਵਰਗਾ ਬਜ਼ੁਰਗ ਪਹਿਲੇ ਆਹ ਕੁੜੀਆਂ ਕੱਪੜੇ ਕੱਢਦੇ ਮੋਟੇ ਮੇਰੇ, ਵੀ ਅਗਲੇ ਹਫ਼ਤੇ ਬਾਰਿਸ਼ ਨਾ ਹੋਣਾ ਮੋਟੇ ਕੱਪੜੇ। ਉਸਤਾਦ ਜੀ ਵਰਗੇ ਬਜ਼ੁਰਗ ਰੋਡ 'ਤੇ ਬੈਠੇ ਰੋਣੇ ਨੂੰ ਨਹੁੰ ਦੇਖ ਕੇ ਪੁੱਛੋ ਕੀ ਹੋਇਆ, ਆਹ ਕੁੱਤੇ ਦਾ ਸੋਟੀ ਮਾਰਨ ਲੱਗਾ ਜੀ ਆਪਣੇ ਹੀ ਵੱਜ ਗਈ। ਇੱਕ ਜਗ੍ਹਾ ਤੇ ਟ੍ਰੈਫਿਕ ਬੰਦ ਹੋਈ ਪਈ, ਸਾਰਾ ਕੁਛ ਖਰਾਬ ਹੋਇਆ ਪਿਆ, ਬੰਦੇ ਕਹਿੰਦੇ ਕੀ, ਕਹਿੰਦਾ ਬਾਬੇ ਦਾ ਠੀਕ ਭੈਟ ਹੀ ਗਿਆ ਵੀ ਹੋਰ ਚੁੱਕ ਲੈ। ਫੂਕਦਾ ਦਾਦਾ ਦੀ ਰਹਿੰਦਾ ਵੀ ਕਿੰਨੀ ਕਮਾਰ, ਬਹੁਤ ਹੀ ਫੂਕ ਮਾਰ ਕੇ ਨਾ ਚਾਰ ਉੱਪਰ ਉੱਤੇ ਰੋਲਦਾ। ਸਾਰੀ ਜ਼ਿੰਦਗੀ ਸਤਾਜ ਜੀ ਨੇ ਐਜਾ ਪੀਤੀ, ਬੁੱਢੇ ਹੋ ਗਏ ਪਿੰਡ ਉਹ ਦੰਦ ਨਹੀਂ ਹੈਗਾ ਸਤਾਜ ਜੀ ਕੋਈ। ਦੇਖ ਲਓ ਸਾਜੀ ਆ ਸਾਰੀ ਦਿਹਾੜੀ ਤੁਹੀਨ ਕਰ ਰਹੇ ਯਾਰ, ਨਹੀਂ ਤੁਸੀਂ ਨਹੀਂ ਬਜ਼ੁਰਗ ਹੋ ਗਏ 80 ਸਾਲਾਂ ਦੇ ਹੋ ਗਏ, ਐਵੇਂ ਇੱਥੇ ਤੇ ਬਾਬੇ ਸਟਿੰਗ ਪੀ ਕੇ ਘੁੰਮਣ ਆਏ ਲੜ ਗਈ ਸਟਿੰਗ ਕਰਨ ਪਾਉਂਦੀ ਨਾ ਹੋਰ ਦੋ ਚਾਰ ਟੀਟੀਐਮ ਨਾਲ ਸਾਫਾ ਲੈ ਕੇ ਆਇਆ ਕਰਨ। ਮੈਂ ਪਤਾ ਤੇਰਾ ਟੀ ਟਾਈਮ ਕਰਿਆ
ਉਸਤਾਦੀ ਵਰਗੇ ਬੰਦੇ ਚੰਗੀ ਭਲੀ ਮਹਿੰਦੀ ਖਰਾਬ ਕਰ ਦਿੰਦੇ, ਫੰਕਸ਼ਨ ਤਬਾਹ ਕਰ ਦਿੰਦੇ ਲੋਕਾਂ ਨਾਲ, ਯਾਰ ਬਾਬਾ ਰੁੱਸ ਗਿਆ, ਯਾਰ ਬਾਬਾ ਰੁੱਸ ਗਿਆ, ਛੁੱਟੀਆਂ ਮਾਰ, ਚਲੋ ਭੱਜ 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 ਮੈਂ ਨਹੀਂ ਚੱਲ। ਹੋਰ ਦੋ ਚਾਰ ਮਹੀਨੇ ਉਸਤਾਦੀ ਨੇ ਕਹਿਣਾ ਯਾਰ ਕਿਉਂ ਦੁਬਾਰਾ ਦੇ ਯਾਰ ਮੈਂ ਬੇਡ ਨਹੀਂ ਸੀ ਲਾਇਆ, ਮੈਂ ਕਿਤੋਂ ਚਲਾ ਕੇ ਨੀ ਆਇਆ ਤੇ ਮੈਂ ਗੱਲ ਕੀਤੀ ਹੈ ਪੂਰੀ ਵੀ ਆਪੀ ਕਰ ਸਾਲਿਆ ਐਵੇਂ ਹਵਾਈ ਗੱਲ ਕਰਕੇ ਉੱਤੇ ਮੇਰੇ ਤੇ ਪਾ ਦਿੰਦਾ ਵੀ ਸਾਜੀ ਦੱਸੋ ਯਾਰ ਲੈ। ਉਸਤਾਦ ਜੀ ਮਤਲਬ ਕਿ ਬਜ਼ੁਰਗ ਨੇ ਨਾ ਕਮਰੇ 'ਚ ਆਪਣੇ ਆਪ ਨੂੰ ਬੰਦ ਕੀਤਾ ਹੁੰਦਾ, ਪੁੱਛਣਾ ਤਾਇਆ ਜੀ ਕੀ ਹੋਇਆ, ਓਏ ਪੋਤੇ ਦਾ ਚੂਸਾ ਖਾ ਗਿਆ ਲੁਕਿਆ ਹੋਇਆ ਨੋ ਕਿਤੇ ਮਾਰੇ ਪੋਤੇ ਦਾ ਚੂਸਾ ਖਾ ਲਿਆ ਚੋਰੀ ਤੇ ਮੈਂ ਲੁਕਿਆ ਵਾ ਡਰ ਤੋਂ ਯਾਰ ਐਡੀ ਕਿਹੜੀ ਸ਼ਾਇਦ ਤੱਕ ਨਾ ਘੰਟਾ ਹੀ ਕਰੀ ਜਾਊਂ ਯਾਰ ਰਾਤ ਨੂੰ ਡਰਾਉਣਾ ਖਾਬ ਦੇਖ ਨਾ ਸਵੇਰੇ 3 ਵਜੇ ਉੱਠਣਾ ਬਚ ਗਿਆ ਮੈਂ ਬਚ ਗਿਆ ਉਸਤਾਦ ਜੀ ਬਜ਼ੁਰਗ ਹੋ ਗਏ ਆ, ਉਸਤਾਦ ਜੀ ਵਰਗੇ ਬਜ਼ੁਰਗ ਸਵੇਰੇ ਸਵੇਰੇ ਚਾਹ ਦਾ ਆਪਣਾ ਤਵੀਰ ਖਾ ਜਾਂਦੇ ਮੁੜ ਕੇ ਇੱਥੋਂ ਫੜ ਕੇ ਬਾਹਰ ਕੱਢ ਰਹੇ ਸਾਜੀ ਉੱਠ ਕੇ ਸ਼ੋਅ ਕਰੋ ਤਾਂ ਪਤਾ ਲੱਗੇ ਆਵਾਮ ਨੂੰ ਕਿ ਯਾਰ ਬੜੀ ਦੇਰ ਭੱਜੀ ਟਾਈਮ ਤੇਰਾ ਖੁੱਲ ਕੇ ਆਇਆ ਅੱਗੇ ਸਾਹਮਣੇ ਕੋਈ ਗਾਣਾ ਗਾਇਆ ਨੋਰੀ ਨੇ ਕਿਉਂ ਜੀ ਮਿੱਠਾ ਜੀ ਬਸ ਕਰ ਦਿਓ ਤੁਸੀਂ ਜਿੰਨੇ ਕੁ ਜਵਾਨ ਹੋ ਨਾ ਮੈਨੂੰ ਤੁਹਾਡਾ ਸਾਰਾ ਪਤਾ ਵਾ ਸਮਝ ਆਈ ਨਾ ਉਦਨ ਤਰਲੇ ਲੈ ਰੱਖ ਮੈਂ ਉਹ ਗਿਆ ਨਾ ਉਹਦੀ ਨੱਕ ਬੰਦ ਹੁੰਦਾ ਦਵਾਈ ਲੈਣ ਪਾਣੀ ਨੂੰ ਨੀ ਮੇਰੇ ਨਾਲ ਚੱਲ ਗਏ ਤੇ ਮੈਂ ਸਿਰਫ ਨੱਕ ਬੰਦ ਹੀ ਦੱਸੀ ਤੇ ਅੱਗੋਂ 33 ਆਪਣੀਆਂ ਮਰਜ਼ਾਂ ਦੱਸਤੀਆਂ ਤੇ ਮੁੜ ਕੇ ਅਮੀਪੁਰ ਬਾਜ਼ਾਰ ਦੇ ਬਾਹਰ ਗੱਡੀ ਰੋਕ ਕੇ ਤੇ ਉੱਥੋਂ ਮੈਨੂੰ ਕਹਿੰਦਾ ਬਸ ਸਾਜੀਆ ਦੇਣਾ 1300 ਰੁਪਈਆ ਇੰਨੀਆਂ ਦਵਾਈਆਂ ਲਿਖਤੀਆਂ ਉਹਨੇ ਜਿੰਨੀਆਂ ਤੈਨੂੰ ਬਿਮਾਰੀਆਂ ਵਾ ਏਦਾਂ ਹੀ ਉਸਤਾਦ ਦੌੜ ਲਾਉਣੀ ਮੇਰੇ ਨਾਲ ਤੁਹਾਡੀ ਵਜ੍ਹਾ ਤੋਂ ਹਕੀਮ ਨੇ ਅੱਗੇ ਡੱਬੀ ਡੱਬੀ ਦਵਾਈ ਤੋਂ ਮੁਕਾ ਤਾ ਹੁਣ ਉਹਨੇ ਬੋਰਾ ਬੋਰਾ ਮੰਗਾਉਣਾ ਸ਼ੁਰੂ ਕਰਤਾ ਵੀ ਭਾਈ ਉਹਦਾ ਲੱਗਦਾ ਹੀ ਬਹੁਤ ਆ ਉਹਨੇ ਉੱਪਰ ਗੈਲਰੀ ਤੇ ਵੀ ਤੁਹਾਡੀਆਂ ਦਵਾਈਆਂ ਰੱਖੀਆਂ ਸਿਰਫ ਤੁਹਾਡਾ ਕਰਕੇ ਜਾਨੀ ਕਿਆ ਮਤਿਬ ਹੂੰ ਬਸ ਮੈਂ ਔਰ ਕਿਸੇ ਕਾ ਕੰਮ ਨਹੀਂ ਕਰਤਾ ਜਾਨੀ ਪੰਸਾਰ ਸਟੋਰ ਜਾਨੀ ਕਾ ਹੀ ਕੰਮ ਕਰਨਾ ਸਲੂਕਾ ਪਾ ਕੇ ਖੁੱਲੀ ਜੁੱਤੀ ਪਾ ਕੇ ਐਵੇਂ ਇੱਧਰ ਵਿੰਗੀ ਜਿਹੀ ਐਨਕ ਲਾ ਕੇ ਕਿੰਨੀ ਕਾ ਲੀਲਾ ਲੈ ਕੇ ਨਹਿਰ ਤੇ ਫਿਰਿਆ ਕਰਨ ਵਾਲਾ ਹੋਰ ਕੁਛ ਨਾ ਕਰ ਫਿਰਿਆ ਕਰ ਸੁਬਾਹ ਲੈ ਗਏ ਪ੍ਰਿੰਸ ਕੋਟ ਲੈ ਗਏ ਆਪਣੇ ਵਾਸਤੇ ਇੱਕ ਸ਼ੇਰਵਾਨੀ ਲੈ ਗਏ ਇੱਕ 3 ਪੀਸ ਲੈ ਗਏ ਤੁਸੀਂ ਰਾਸ਼ਨ ਸਾਰਾ ਮੁੱਕਾ ਵਾ ਕਰਿਆਨੇ ਵਾਲੇ ਕਿਸੇ ਨੇ ਪਥਰਾਓ ਕਰਕੇ ਕਿਹਾ ਤੇਰੇ ਘਰ ਉਹਨੂੰ ਲਗੋ ਕੱਲ ਦੀ ਦਿਹਾੜੀ ਹੈ ਮਿੱਠੇ ਇਹਨੂੰ ਪ੍ਰਿੰਸ ਕੋਟ ਦਾ ਪਤਾ ਵਾ ਕਿੱਦਾਂ ਦਾ ਹੁੰਦਾ ਪ੍ਰਿੰਸ ਕੋਟ ਦਾ ਕਢਾਈ ਵਾਲਾ ਤਿੱਲੇ ਦਾ ਕੰਮ ਹੋਇਆ ਹੁੰਦਾ ਉੱਤੇ ਗੋਲਡਨ ਧਾਗੇ ਦਾ ਉਹ ਤਿੱਲੇ ਦਾ ਸਿਰਫ ਖੁੱਸਾ ਹੀ ਹੁੰਦਾ ਵਾ ਸਾਡੀ ਨਜ਼ਰ ਚ
ਬਾਕੀ ਕੱਲ ਦੀ ਦਿਹਾੜੀ ਆ, ਮੁੜ ਕੇ ਪੈਸੇ ਹੀ ਪੈਸੇ ਹੋ ਜਾਣੇ ਆ। ਪ੍ਰੋਜੈਕਟ ਸਾਈਨ ਕੀਤਾ ਵਾ ਇੱਕ, ਆ ਟੈਕਨੋ ਸਪਾਰਕ ਦੀ ਮਸ਼ਹੂਰੀ ਦੇਣੀ ਆ ਇੱਕ ਨਵਾਂ ਮੋਬਾਈਲ। ਪਿਛਲੀ ਸਾਈਡ ਤੋਂ ਕਲੀਨ ਲਪੇਟ ਕੇ ਤੁਸੀਂ ਭੈਣ ਭਰਾ ਵਿਆਹੇ ਇਸ ਵਾਰੀ, ਉਹ ਕਲੀਨ ਵੇਚਿਆ ਵਾ ਤੇ ਫਿਰ ਤੁਸੀਂ ਬੱਚੀ ਬੱਚੇ ਦਾ ਸ਼ਾਦੀ ਕੀਤੀ ਆ, ਤੂੰ ਕਹਿੰਦਾ ਟੈਕਨੋ ਤੇ ਸਪਾਰਕੋ ਆ ਸਪਾਰਕੋ ਹੈ। ਓਏ ਉਹਨਾਂ ਦੀ ਮਸ਼ਹੂਰੀ ਦੇਣੀ ਆ, ਕੱਲ ਜਾ ਕੇ ਮਾਡਲਿੰਗ ਕਰਨੀ ਆ ਤੇ ਸ਼ੂਟ ਕਰਨਾ। ਤੂੰ ਮਾਡਲਿੰਗ ਕਰਨੀ? ਹਾਂਜੀ, ਉਹਨਾਂ ਦਾ ਇੱਕ ਨਵਾਂ ਮੋਬਾਈਲ ਆ ਰਿਹਾ ਵਾ, ਉਹ ਲੋਡ ਕਰ। ਬੱਚੇ ਨੂੰ ਵੇਖ ਕੇ ਪੂਰੀ ਬਰਾਦਰੀ ਕਹਿਣ ਦੇ ਤੇ ਰਹਾ ਕਿੱਥੇ ਚਲ ਗਿਆ, ਤੇ ਹੈ ਨਹੀਂ ਸਾਡਾ ਤੂੰ ਮਾਡਲਿੰਗ ਕਰਨ। ਤਾਂ ਜੀ ਮੇਰਾ ਮੋਬਾਈਲ ਚੈੱਕ ਕਰ ਲਓ। ਤੇਰਾ ਸਭ ਤੋਂ ਘਟਿਆ ਮਾਰ ਫੋਰ ਦਾ ਬੁਗਾ ਵਾ ਵੀ ਜਿਹੜਾ ਕੁੜੀ ਨੂੰ ਫੜਦਾ ਕੋਈ ਨਹੀਂ। ਏਡਾ ਮਾੜਾ ਵਾ ਇਹ, ਕਿਸੇ ਦੋਸਤ ਨੂੰ ਬੁਲਾਉਣ ਜਾਵੇ ਉਹਦੇ ਘਰ ਦੇ ਕਹਿਣਾ ਤੈਨੂੰ ਕਿੰਨੀ ਵਾਰੀ ਕਹਿਣਾ ਨਾ ਫਿਰਿਆ ਕਰ। ਬੱਚੇ ਨੇ ਨਾ ਵੱਡੇ ਵੱਡੇ ਨਾਮ ਜੇਬ ਚ ਰੱਖੇ ਹੁੰਦੇ ਆ ਕਿ ਮੈਂ ਆਹ ਗੱਲ ਉਹਦੇ ਪਾਉਣੀ, ਐਵੇਂ ਕਟਿੰਗ ਕੁਟਿੰਗ ਕਰਾ ਕੇ ਭਾਈ ਭੋਲਾ ਪੈਸੇ ਦੇ ਜਾਏਗਾ ਵੀ ਭਾਈ ਭੋਲਾ ਤਾਂ ਤੂੰ ਦੇ ਪੈਸੇ ਤੇਰਾ ਬੱਚੇ ਦੀ ਲਾਸ਼ ਟੋਟਾ ਬਾਜ਼ਾਰ ਚੋਂ ਨਿਕਲਦੀ ਆ ਵੀ ਸਭ ਤੋਂ ਥੱਲੇ ਵਾਲਾ ਪੀਸ ਚੁੱਕਣ ਗਿਆ ਮਰ ਗਿਆ। ਤੂੰ ਕਹਿੰਦਾ ਮੈਂ ਹਮਦੇ ਨੂੰ ਉੱਤੇ ਕਿਸੇ ਨੇ ਗੰਢ ਸਿੱਟਤੀ। ਨਹੀਂ ਨਹੀਂ ਯਾਰ, ਉਹਨੂੰ ਕੱਲ ਵੇਖਣ ਵਾਲੇ ਅੱਲਾ ਦੇ ਬੰਦੇ, ਉਹਨੂੰ ਵੇਖਣ ਆ ਰਹੇ ਕੱਲ। ਉਸਤਾਦ ਜੀ ਕੱਲ ਨਹੀਂ ਆ ਰਹੇ, ਹਾਂ ਹਜੇ ਪਏ ਦੋ ਕੁ ਮਹੀਨੇ। ਤੂੰ ਤੇ ਮੈਨੂੰ ਪਰਸੋਂ ਚੌਥ ਕਿਹਾ ਕਿ ਕੱਲ ਆ ਰਹੇ, ਉਹ ਫਿਰ ਉਹ ਨਹੀਂ ਆ ਗਏ ਵਿੱਚ, ਮਹਰਮ ਨਹੀਂ ਆ ਗਏ, ਪਤਾ ਲੱਗ ਗਿਆ ਕੱਲ ਨਹੀਂ ਆਉਣਾ। ਉਹਨਾਂ ਨੂੰ ਪਤਾ ਤੂੰ ਕੀ ਕੰਮ ਕਰਦਾ? ਹਾਂਜੀ ਉਹਨਾਂ ਨੇ ਸਗੋਂ ਉਹਦੇ ਉਹਦੀ ਅੰਮੀ ਨੇ ਨਾ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਦੇਖਣਾ, ਤੇ ਉਹਨਾਂ ਨੇ ਤੁਹਾਡੇ ਸ਼ੋਅ ਦਾ ਲਿੰਕ ਸੈਂਡ ਕਰਤਾ ਕਹਿੰਦੇ ਆਹ ਦੇਖ ਲਓ। ਨਹੀਂ ਨਹੀਂ ਮੈਂ ਇਸ ਕੰਮ ਦਾ ਨਹੀਂ ਕਹਿ ਰਿਹਾ, ਉਹਨਾਂ ਨੂੰ ਪਤਾ ਤੂੰ ਕੀ ਕੰਮ ਕਰਦਾ। ਕੀ ਉਸਤਾਦ ਜੀ ਜਾਣਦੇ ਹੋ ਨਾ ਕਰੋ, ਅੱਗੇ ਦੋ ਤਿੰਨ ਵਾਰੀ ਇਹ ਕੰਮ ਖਰਾਬ ਹੋ ਗਿਆ ਮੇਰਾ। ਉਦਣ ਉਹ ਜਿਹੜਾ ਇਹਦੇ ਵਿੱਚ ਮੈਂ ਕਹਿਤਾ ਐਵੇਂ ਕੋਲੇ ਵੀ ਮੇਰੇ ਦੋ ਤਿੰਨ ਪਿਆ ਅੱਗੇ ਵੀ, ਉਹ ਮੇਰੀ ਚੰਗੀ ਭਲੀ ਬਗੜੀ ਹੋਈ ਹੋਈ ਟੁੱਟ ਗਈ। ਉਹਨਾਂ ਨੇ ਕਿਹਾ ਉਹ ਸ਼ੋਅ ਦੇ ਕੇ, ਉਹਨਾਂ ਨੇ ਕਿਹਾ ਸੱਚੀ ਇਹਦੀ ਕੋਈ ਹੈ? ਤੇਰੇ ਦੋ ਹੋਏ, ਮੈਂ ਹਲਫ ਦੇਣ ਨੂੰ ਤਿਆਰ। ਉਹ ਮਾਫੀ ਦੇ ਦੇ ਬੇਟੇ, ਇੱਕ ਵੀ ਨਹੀਂ ਹੋਇਆ ਮੇਰਾ। ਸਹੀ, ਪਹਿਲੀ ਵਾਰੀ ਹਜੇ ਹੋਣਾ ਵਾ ਯਾਰ। ਅੱਲਾ ਨੂੰ ਜਾਨ ਦੇਣੀ, ਕਿਉਂ ਤੁਸੀਂ ਕਿਸੇ ਧੀ ਭੈਣ ਨਾਲ ਇੰਨਾ ਜ਼ਿਆਦਾ ਕਰਦੇ ਯਾਰ? ਓਏ ਏਡਾ ਭਰ ਭਰ ਕੇ ਨਾ ਕਹਿ ਯਾਰ, ਜ਼ਿਆਦਾ ਜਿਹੜੀ ਗੱਲ ਸੱਚ ਆ ਸੱਚ ਮੈਂ ਯਾਰ, ਜਿਹੜੀ ਸੱਚ ਆ ਜਿੱਥੇ ਲਿਖਿਆ ਨਾ ਉੱਥੇ ਹੋਣਾ ਹੀ ਹੋਣਾ। ਹਾਂਜੀ ਦੱਸ ਤੂੰ ਉਹਨਾਂ ਨੂੰ ਭਾਈ, ਤੇਰਾ ਕਿਤੇ ਲਿਖਿਆ ਤੇ ਕੀ ਕਰੀਏ ਬਾਕੀ, ਦੱਸ ਕਿ ਉਹਨਾਂ ਨੂੰ ਵੀ ਮੇਰਾ ਪੰਜਵਾਂ ਵਾ। ਉਸਤਾਦ ਜੀ ਮੇਰਾ ਰਿਕਾਰਡ ਚੈੱਕ ਕਰ ਲਓ ਨਾਦਰਾ ਚੋਂ, ਮੇਰੀ ਬਾ ਮੰਗਣੀ ਹੋਈ ਸੀ ਆ ਪਿੱਛੇ ਜੀ, ਐਵੇਂ ਮੈਂ ਬਲਫ ਮਾਰਤਾ ਵੀ ਮੇਰੇ ਦੋ, ਉਹ ਮੇਰੀ ਉਹ ਵੀ ਟੁੱਟ ਗਈ, ਉਹ ਸ਼ੋਅ ਦੀ ਹੋਇਆ ਕਹਿੰਦਾ ਨਾਦਰਾ ਚੋਂ ਵਿਆਹ ਦਾ ਰਿਕਾਰਡ ਵੀ, ਉੱਥੇ ਨਾਦਰਾ ਤੇਰੀ ਮਹਿੰਦੀ ਕੱਢੀ ਸੀ, ਅਸੀਂ ਤਾਂ ਕਿਤਾ ਰਿਕਾਰਡ ਲੈ ਗਏ ਤੇਰਾ, ਉਹ ਕੰਪਿਊਟਰਾਈਜ਼ ਆ ਜਾਂਦਾ ਨਾ ਸਾਹਮਣੇ। ਉਹ ਫੁੱਫੋ ਨਾਦਰਾ ਦੀ ਗੱਲ ਕਰਦਾ ਵਾ। ਅੱਛਾ, ਫੁੱਫੋ ਨਾਦਰਾ ਦਾ ਮੁੰਡਾ ਤੂੰ? ਨਹੀਂ ਭਾਜੀ, ਮੈਂ ਨਦੀਮ ਦਾ। ਸਾਹਮਣੇ ਪੇਸ਼ ਹੋਵੇ ਇਹ ਤਰੀਕਾ ਦੱਸੋ ਤੁਸੀਂ, ਸੀਨੀਅਰ ਹੋ ਤੁਹਾਡੇ ਵਿਆਹ ਨੂੰ ਵੀ ਦੱਸਿਆ ਸੀ ਸਰ ਜੀ ਤੁਸੀਂ।
ਮੈਨੂੰ ਉਂਝ ਦੇ ਨਹੀਂ ਦੱਸਣੇ ਨਹੀਂ 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 ਸਹੀ ਮੈਂ ਦੱਸਾਂ ਤੈਨੂੰ ਜਦੋਂ ਵੇਖਣਾ ਹੈ ਪਰ ਤੇਰੇ ਤੇ ਮੇਰੇ ਤੇ ਵੈ ਹੀ ਉਧਰ ਖਾਲਾ ਖਾਲਾ ਅਲਸੀ ਆ ਯਾਰ ਜਦੋਂ ਤੂੰ ਦੇਖਣਾ ਹੋਣਾ ਤੂੰ ਉਹਦਾ ਨਹੀਂ ਦੇਖਣਾ ਸੱਸ ਨਾਲ ਥੋੜਾ ਪਿਆਰ ਨਾਲ ਲੈਣਾ ਫਰੈਂਕ ਹੋ ਗਿਆ ਸਾਲੀ ਅਗਰ ਛੋਟੀ ਵੱਡੀ ਆਵੇ ਨਾ ਹੁਣ ਅਦਬ ਨਾ ਪਿਆਰ ਪਹਿਲੇ ਨੀ ਦੇਣਾ ਹਲਕਾ ਜਿਹਾ ਪ੍ਰਾਊਡ ਹੀ ਰਹਿਣਾ ਯਾਰ ਸਾਲੀ ਦਿਲ ਕਰੇ ਇਹਦੇ ਨਾਲ 15 ਸਾਲ ਵੱਡੀ ਹੋਵੇ ਤੇ ਉਹਨੂੰ ਹੁਣ ਕੀ ਪਿਆਰ ਦੇਵੇ ਨਹੀਂ ਉਹ ਹੈਲੋ ਹਾਏ ਕੈਸੇ ਹੈ ਇਹ ਉਰਦੂ ਚ ਆ ਨਾ ਕਹੀ ਮਰ ਗਿਆ ਬਈ ਚੁੱਕਿਆ ਗਿਆ ਬਈ ਹਾਂ ਹਾਂ ਨੋਰਾ ਇਹ ਨਾ ਕਰੀ ਉਹਨਾਂ ਦੇ ਸਾਹਮਣੇ ਉਹਨੂੰ ਨਾ ਕਰੀ ਆਹੋ ਆਵੇ ਨਾ ਕਰੀ ਆਹੋ ਪਹਿਲੀ ਗੱਲ ਤੇ ਨਾ ਕਰਾਂਗੇ ਬੋਧਨ ਮੰਗਾਈਓ ਬਰੋ ਬੋਧਨ ਮੰਗਾਓ ਕਹਿੰਦੇ ਜਾ ਪੱਕ ਜਾ ਕਹਿੰਦੇ ਚੂਹਾ ਮੰਗਣ ਆ ਗਏ ਤੂੰ ਨਾ ਐਂਟਰੀ ਕਿਸੇ ਤਰੀਕੇ ਨਾਲ ਪਾਉਣੀ ਆ ਰੱਸੀ ਪੱਖੇ ਨਾਲ ਰੱਸੀ ਬੰਨ ਲਈ ਰੱਸੀ ਉਧਰੋਂ ਪਿੱਛੇ ਕਿਤੇ ਲਟਕਾ ਕੇ ਰੱਸੀ ਦੇ ਨਾਲ ਆ ਕੇ ਸਿੱਧਾ ਸੱਸ ਦੇ ਮੂੰਹ ਚ ਵੱਜੀ ਜਾ ਕੇ ਇਹਨੂੰ ਕੁੜੀ ਵਾਲੇ ਵੇਖਣ ਆਏ ਤੇ ਸਹੀ ਇਹਨੂੰ ਕੁੜੀ ਵਾਲੇ ਵੇਖਣ ਆਏ ਤੇ ਇਹ ਘਰ ਦੇ ਕਹਿੰਦੇ ਹਾਂ ਆ ਜਾ ਤੇ ਬਾਹਰ ਖਲੋ ਕੇ ਕਹਿਣ ਡਿਆ ਮੈਂ ਆ ਜਾਵਾਂ ਬਕਵਾਸ ਕਰਦਾ ਪਿਆ ਤੂੰ ਯਾਰ ਮੈਂ ਦੱਸੋ ਸਾਜੀ ਗੋਲਡਨ ਸਪਾਰੀ ਖਾਨਾ ਜਾਂ ਤੁਲਸੀ ਜਾਂ ਹਮਤੁਮ ਸਿਗਰਟ ਤੋਂ ਪਾਕ ਨਸ਼ੇ ਪਾਣੀ ਕੋਈ ਬੈਠਕ ਉੱਠ ਕਸਮ ਦੇਣ ਨੂੰ ਤਿਆਰ ਆ ਤੂੰ ਰਾਤ ਨੂੰ ਪਾਨ ਸ਼ਾਹ ਤੇ ਫੇਰੀ ਲਾਉਣਾ ਚੂਸੀਆਂ ਸਵਾਰਾਂ ਇਕੱਠੀਆਂ ਕਰਦਾ ਤੂੰ ਸਾਜੀ ਇਹਦੀ ਰਿਸ਼ਤਾ ਦੇਖਣ ਲਈ ਨਾ ਕੁੜੀ ਦਾ ਤੇ ਇਹਦੇ ਘਰ ਦੇ ਕਹਿੰਦੇ ਚਲੋ ਵੀ ਕੁੜੀ ਨੂੰ ਬੁਲਾਓ ਤੇ ਨਾਲ ਹੀ ਪਿੱਛੇ ਮਿਊਜ਼ਿਕ ਲੱਗ ਤਾਰਾ ਰਾਰੀ ਰਾਰਾ ਕੁੜੀ ਨੇ ਐਂਟਰੀ ਕੀਤੀ ਤੁਸੀਂ ਕਿਦੋਂ ਵੇਖਣ ਜਾਣਾ ਕੁੜੀ ਨੂੰ ਹਾਂਜੀ ਤੂੰ ਕਿਦੋਂ ਵੇਖਣ ਜਾਣਾ ਮੈਂ ਦੇਖ ਲਈ ਸਾਜੀ ਦੇਖ ਲਈ ਹਾਂਜੀ ਕੈਂਠੀ ਬਣਾਈ ਆ ਸੋਨੇ ਦੀ ਇੱਕ ਤਵੀਤੜੀ ਤੁਸੀਂ ਦੇਖੋ ਉਹਨੇ ਤੁਹਾਡਾ ਬਾਬੇ ਵਾਲਾ ਟਰੈਕ ਦੀ ਕੈਸੀ ਮਾਂ ਭੈਣ ਇੱਕ ਕਿਹੜਾ ਐਕਸਰੇ ਮਾਮਾ ਕਿਹੜਾ ਖੂਨ ਲੈਂਦਾ ਐਕਸਰੇ ਨਹੀਂ ਐਕਸਰੇ ਵਾਸਤੇ ਨੀ ਖੂਨ ਹੁੰਦਾ ਐਕਸਰੇ ਉਹੀ ਹੁੰਦਾ ਜਿਹੜਾ ਸਕੈਨ ਹੁੰਦਾ ਸਾਜੀ ਇਹੋ ਜਿਹਾ ਬੰਦਾ ਦਰਜ ਛੋੜਦਾ ਇਹ ਤਾਂ ਕੋਈ ਕਿੱਦਾਂ ਦਾ ਸੀਣਾ ਵਾ ਜਿੱਦਾਂ ਦਾ ਮਰਜ਼ੀ ਸੀ ਤੇ ਮੇਰੇ ਕਿਹੜੇ ਸਜਣਾ ਸਾਜੀ
ਭੱਲਿਆਂ ਦੀ ਪਲੇ ਲੈਣ ਭੇਜੋ ਤੇ ਬੱਚੇ ਨੂੰ ਰਾਜ ਮਿੱਠੀ ਛੇੜੀ ਪੀ ਆਉਂਦਾ ਮਾਮਾ ਤੋੜ ਤੱਕ ਲਿਆ। ਅੱਛਾ ਨਿੱਕੇ ਹੁੰਦੇ ਨਾ, ਨਿੱਕੇ ਹੁੰਦੇ ਏਦਾਂ ਦੇ ਝੂਠ ਬੜੇ ਸਾਰਿਆਂ ਨੇ ਬੋਲੇ ਘਰ, ਜਿਹੜੀ ਨਾਲ ਐਕਸਟਰਾ ਚੀਜ਼ ਮਿਲਦੀ ਨਾ ਉਹ ਰਸਤੇ 'ਚ ਗੈੜਾ ਕਰਕੇ ਉਹਨੂੰ ਕਹਿਣਾ ਉਹ ਦਿੱਤੀ ਨਹੀਂ ਉਹਨੇ, ਮਜ਼ਾਕ ਨਹੀਂ ਉਹ ਚੰਡੀ ਉਹਨੇ ਦਿੱਤੀ ਨਹੀਂ। ਕੋਈ ਬੰਦਾ ਧੋਣਾ ਲੈਂਦਾ ਹੋਵੇ ਇੱਦਾਂ ਦਾ ਬੰਦਾ ਪਿੱਛੇ ਖਲੋਤਾ ਹੈ ਤਸਵੀਰ ਪੂਰੀ ਕਰਨੀ ਹੁੰਦੀ ਸੀ, ਤਸਵੀਰ ਪੂਰੀ ਕਰਨੀ ਇਮਰਾਨ ਖਾਨ ਦੀ, ਇਮਰਾਨ ਖਾਨ ਦੀ ਵਸੀਮ ਅਕਰਮ ਦੀ, ਫਿਰ ਬੱਲਾ ਮਿਲਣਾ ਯਾਰ, ਮਤਲਬ ਕਿ ਉਹ ਤੇਲੀ ਦੀ ਚੀਜ਼ ਆ, ਬੜੇ ਪੈਸੇ ਆ, ਓਏ ਹੋਏ ਹੋਏ ਸਟicker ਲਾ ਲਾ ਵੀ ਐਂਡ ਤੇ ਪਤਾ ਲੱਗਾ ਵੀ ਖੱਬੀ ਅੱਖ ਰਹਿ ਗਈ, ਇੱਕ ਅੱਖ ਰਹਿ ਗਈ, ਓਏ ਹੋਏ ਉਹ ਖੱਬੀ ਅੱਖ ਨਹੀਂ ਨਿਕਲ ਰਹੀ ਬਿਸਕੁਟ ਦੇ ਵਿੱਚੋਂ ਸਟicker ਨਿਕਲਨੇ, ਆਹੋ ਬੱਲਾ ਨਾਮ ਉਹਦਾ ਸੀ, ਕੈਰਮੋਟ ਨਾਮ ਹੁੰਦੀ ਸੀਗੀ, ਨਹੀਂ ਨਹੀਂ ਉਹ ਡਿਜ਼ਾਈਨ ਬਣਾਈਦਾ ਸੀ ਇੱਕ ਨਿਕਲਦਾ ਤੇ ਉਹਨੂੰ ਲਾਉਣਾ, ਉਹਦੇ ਤੇ ਨੰਬਰ ਲਿਖਿਆ ਹੁੰਦਾ ਸੀ, ਉਹਨਾਂ ਨੂੰ ਨੰਬਰ ਦਾ ਐਂਡ ਤੇ ਪਤਾ ਲੱਗਣਾ ਨੱਕ ਦੀ ਇੱਕ ਮੋਰੀ ਰਹਿ ਗਈ ਬਸ, ਇੱਕ ਦੂਜੇ ਨਾਲ ਐਕਸਚੇਂਜ ਕਰ ਰਹੇ ਹੁੰਦੇ ਸੀ, ਮੈਨੂੰ 16 ਵਾਂ ਤੇ ਮੈਨੂੰ 6 ਨੰਬਰ, ਤੇ ਫਿਰ ਉਹ ਜਦੋਂ ਪੂਰੀ ਹੋ ਜਾਣੀ ਤੇ ਉਹਨੇ ਪਤਾ ਨਹੀਂ ਇੱਕ ਬੱਲਾ ਦੇਣਾ ਜਾਂ ਕੋਈ ਚੀਜ਼ ਦੇਣੀ ਉਹਨੇ, ਹਾਂ ਲੱਕੀ ਨੰਬਰ, ਦੋ ਦੋ ਲਿਸਟਾਂ ਰੱਖੀਆਂ ਹੋਣੀਆਂ ਹਨਾ, ਨਹੀਂ ਮੈਂ ਸਾਜੀ ਗੱਚਕ ਖਾਦੀ ਬਸ, ਯਾਲ ਛੋਲੇ ਖਾਦੇ ਸਕੂਲ ਦੇ ਸਾਹਮਣੇ, ਟੈਡੀ ਬਿਸਕੁਟ ਕਿੰਨੇ ਖਾਦੇ, ਮੈਂ ਉਹ ਜਿਹੜੇ ਮੂੰਹ ਦੇ ਵਿੱਚ ਗਤਾਵਾ ਹੀ ਬਣ ਜਾਂਦਾ ਸੀ, ਉਹ ਰੁਪਏ ਦੇ 12 ਸੁੱਕਾ ਦੁੱਧ ਕਿੰਨੇ ਖਾਦਾ, ਮੈਂ ਉਹ ਵੀ, ਉਹ ਵੀ ਬੜਾ, ਸਾਜੀ ਤੁਸੀਂ ਮਈ ਵਾਲੀ ਮੱਛੀ ਖਾਦੀ, ਹਾਂ ਸਸਤੀਆਂ ਚੀਜ਼ਾਂ ਨੂੰ ਸਾਰੀਆਂ ਪਤਾ, ਭੁੱਗਾ ਭੁੱਗੇ ਦਾ ਵੀ ਪਤਾ, ਭੁੱਗਾ 2 ਰੁਪਏ ਪਹਿਲਾਂ ਚੌਲਾਂ ਵਾਲਾ, ਪਤਾ ਇਸ ਬੱਚੇ ਨੂੰ ਸਾਰਾ ਕੁਛ ਪਤਾ ਵਾ, ਕੈਮਰੇ ਚ ਲੋਕਾਂ ਦੇ ਸਾਹਮਣੇ ਮਾਸੂਮ ਦੇ ਕੋਲੋਂ ਪੈਰ ਲੱਤਾਂ ਘਟਾ ਰਿਹਾ, ਖਿਦਮਤ ਮੈਂ ਕਿਹਾ ਕੋਈ ਗੱਲ ਕਰੂ ਆਡੀਅੰਸ, ਮੈਂ ਕਿ ਕਹੂੰਗਾ ਨਹੀਂ ਸਤਾਰ ਜੀ ਮੈਂ ਹਾਂ ਤੇਰਾ ਪੁੱਤ ਵਾ, ਹਾਂ ਜੀ ਜੀ ਬਸ ਜ਼ਰੂਰ ਮੌਕਾ ਦੇਣਾ, ਆਹੋ ਸਹੀ ਗੱਲ ਆ ਨਾ ਆਪਣੇ ਆਪ ਨੂੰ ਆਪੇ ਕਹੀ ਜਾ ਰਿਹਾ, ਤੁਸੀਂ ਉੱਠ ਕੇ ਬੈਠੋ ਤੇਰਾ ਬੂਸਟ ਕਰੋ ਸ਼ੋ ਨੂੰ ਉਸਤਾਦ ਜੀ, ਬੂਸਟ ਹੀ ਆ ਸ਼ੋ, ਤੈਨੂੰ ਕੀ ਬਾਂਸਲਾ ਵਾ, ਤੂੰ ਉੱਠ ਕੇ ਮਤਲਬ ਮੇਰੇ ਉਠਾ ਕੇ ਕਿ ਤੂੰ ਗੱਲਾਂ ਹੀ ਕਰਨੀਆਂ, ਮੈਂ ਕਰਨ ਦਿਆਂ ਚੱਲ ਕਰੀ ਜਾ ਉਸਤਾਦ ਜੀ, ਜਿੱਦਾਂ ਤੁਸੀਂ ਮੈਚ ਕਰਦੇ ਹੁੰਦੇ ਆ ਮੈਂ ਇੱਕ ਦੂਜੇ ਨੂੰ ਆਡੀਅੰਸ ਨੂੰ, ਅਗਰ ਇਹ ਹੋਣਾ ਚਾਹੀਏ ਉਹ ਹੋਣਾ, ਉਹ ਆਡੀਅੰਸ ਨਾਲ ਮੈਂ ਕਰ ਰਿਹਾ ਵਾਂ ਯਾਰ, ਵੈਸੇ ਨਾ ਵਾਕਈ ਸਹੀ ਗੱਲ ਆ, ਬਜ਼ੁਰਗੀ ਛਾ ਹੀ ਗਈ ਆ, ਪਹਿਲੇ ਮੈਂ ਕੁੱਟਦਾ ਸੀ ਨਾ ਤੇ ਮੇਰਾ ਹੱਥ ਇਦੋਂ ਅੱਗੇ ਨਹੀਂ ਸੀ ਜਾਂਦਾ, ਹੁਣ ਪੂਰੀ ਮੁੱਠੀ ਬੰਦ ਹੋਣ ਡਈ ਆ ਮਾਸ ਇਦਾਂ ਹੀ, ਨੋਨੀ ਤੂੰ ਝੂਠ ਦੱਸਣੇ ਆਉਂਗਲ ਆਰ ਪਾਰ ਹੋਣ ਡਈ ਆ, ਮੈਂ ਦੇ ਨਾ ਸਾਰਾ ਸਾਰਾ ਬਜ਼ੁਰਗੀ ਛਾ ਗਈ, ਯਾਦ ਰੱਖੋ ਲਗਾ 64 ਟਾਇਰ ਥਲੇ ਆਇਆ, ਮਤਲਬ ਕੀ ਹੋਵੇ ਹੁਣ, ਬਜ਼ੁਰਗ ਹੋ ਗਏ ਤੁਸੀਂ, ਤੇਰੇ ਹੱਥ ਫਿਰ ਜੇ ਪਿੰਨੀ ਮੇਰੀ, ਮਤਲਬ ਖੂਨ ਨਿਕਲਾਵੇ ਤੇਰੇ,
ਯਾਰ ਹੁਣ ਗੱਡੀ ਨੀ ਚਲਾਉਂਦੇ, ਕਹਿੰਦੇ ਮੇਰੇ ਪੈਰ ਸੌ ਜਾਂਦੇ ਆ ਯਾਰ, ਕੋਈ ਬੰਦਾ ਪੈਰ ਨੀ ਸੌਂਦੇ. ਇੱਕ ਦਿਨ ਗੱਡੀ ਚਲਾਉਣ ਡੇ ਸੀ, ਮੈਂ ਦੇਖਿਆ ਸਾਰੀ ਗੈਬ ਹੋ ਗਏ, ਮੈਂ ਦੇਖਿਆ ਤੇਰੇ ਬ੍ਰੇਕ ਲਾਉਣ ਗਏ ਹੋਏ ਗੱਡੀ ਹੱਥ ਨਾਲ, ਪੈਰ ਕੰਮ ਨੀ ਕਰ ਰਹੇ, ਪੈਰ ਹੱਥ ਲੱਗੀ ਜੀ. ਹੁਣ ਨੀ ਪਤਾ ਲੱਗਦਾ ਜੁਗਲ ਪਾ ਕੇ ਸੌ ਜਾਂਦੇ ਆ, ਕੋਈ ਪਤਾ ਲੱਗਦਾ ਭਾਜੀ. ਹੁਣ ਤੇ ਉਸਤਾਦ ਜੀ ਨੇ ਜਿਹੜੇ ਰਾਹ ਗੱਡੀ ਚਲਾਉਣੀ ਆਉਂਦੀ, ਪਹਿਲੇ ਪੈਦਲ ਦੇਖ ਕੇ ਆਉਂਦੇ ਕਿੱਥੇ ਜੰਮ ਬੰਦੇ ਮੈਂ ਵੀ ਮੈਂ ਕੱਲ ਜਦੋਂ ਮੈਂ ਜਾਣ ਲੱਗਾ ਉਸਤਾਦ ਜੀ ਮੰਜੀ ਤੇ, ਮੈਨੂੰ ਕਹਿੰਦੇ ਯਾਰ ਕੋਲੇ ਆਲਾ ਤਸਲਾ ਨਾ ਮੇਰੀ ਮੰਜੀ ਥੱਲੇ ਕਰ ਦੇ. ਕਿਹੜਾ ਕੋਲੇ ਆਲਾ, ਇੰਨੀ ਗਰਮੀ ਚ ਕੋਲੇ ਆਲਾ, ਕਿਹੜਾ ਤਸਲਾ ਕੋਲੇ ਆਲਾ. ਤੁਸੀਂ ਗਲਤੀ ਕਿਹਾ ਮੈਨੂੰ ਉਸਤਾਦ ਜੀ, ਸੇਕ ਦੇਣਾ ਯਾਰ. ਮੇਰੀ ਗੱਲ ਸੁਣ, ਤੂੰ ਨਾ ਆਪਣੀ ਕੌਮੇਡੀ ਦਾ ਆਪ ਜ਼ਿੰਮੇਦਾਰ ਆ, ਤੂੰ ਮੇਰੇ ਤੇ ਆਪਣੀ ਕੌਮੇਡੀ ਮਾੜੀ ਜੀ ਕਰਕੇ ਕੋਈ ਮੇਰੇ ਤੇ ਨਾ ਸਿੱਟ ਦੇ. ਹਰ ਬੰਦਾ ਆਪਣੇ ਲਾਫਟਰ ਦਾ ਆਪ ਜ਼ਿੰਮੇਦਾਰ. ਥੱਲੇ ਕਰ ਓਏ, ਉਧਰਲਾ ਬਾਂਬ ਥੱਕ ਗਿਆ ਪਾਸਾ ਮੇਰਾ. ਅੱਛਾ ਉਸਤਾਦ ਜੀ ਦੇ ਕੋਲੋਂ ਪੋਤਾ 100 ਰੁਪਇਆ ਮੰਗਣਾ ਤੇ ਨੇਫਾ ਇੰਜ ਕਰਦੇ ਹੁੰਦੇ ਨਾਲ ਨੀ. ਉਸਤਾਦ ਜੀ ਵਰਗੇ ਬਜ਼ੁਰਗ ਡਾਕਟਰ ਕੋਲ ਬੈਠੇ ਹੁੰਦੇ, ਐਵੇਂ ਯਕਦਮ ਅਖਬਾਰ ਫੜ ਕੇ ਨਾ ਪੁੱਠੀ, ਉਹ ਬੱਸ ਉਲਟ ਗਈ ਓਏ, ਉਹ ਬੱਸ ਉਲਟ ਗਈ, ਉਹਨੇ ਕਿਹੜਾ ਅਖਬਾਰ ਸਿੱਧੇ ਕਰ ਲਓ ਜੀ, ਆਹ ਬਚ ਕੇ ਬਚ ਕੇ ਬਚ ਕੇ. ਹਾਂ ਟਾਈਮ ਨਾ ਨਾ ਆਉਂਦਾ ਤੂੰ ਇਹ ਲੈ ਗਿਆ ਸੀ ਉਸਤਾਦ ਜੀ ਦੇ. ਦਸਰ ਸਾਹਿਬ ਸਾਰਿਆਂ ਨੇ ਹੋਣਾ ਵਾ ਮੇਰੇ ਮੇਰੇ ਜਿੱਡੇ 30-32 ਸਾਲਾਂ ਦਾ, ਸਾਰਿਆਂ ਨੇ ਹੋਣਾ ਆਪਣੇ ਆਪਣੇ ਟਾਈਮ 'ਚ ਜੀ. ਤੁਹਾਡਾ ਮੇਰਾ ਕੋਈ ਇੰਨਾ ਫਰਕ ਨਹੀਂ ਹੈਗਾ. ਕਿੰਨੀ ਸਾਲ ਉਮਰ ਸਾਰ ਜੀ? ਲੇਕਿਨ ਅਸੀਂ ਐਕਟਿਵ ਬੈਠੇ ਹਾਂ ਦੇਖੋ, ਤੇ ਮੈਂ ਐਕਟਿਵ, ਮੇਰੇ ਜਿੰਨਾ ਐਕਟਿਵ ਤੇ ਨਹੀਂ ਬੈਠਾ ਤੂੰ, ਸਮਝ ਆਈ? ਤੂੰ ਆ ਗਿਆ 3 ਮਹੀਨਿਆਂ ਬਾਅਦ ਸ਼ੋਅ ਕਰਨ ਤੇ ਐਕਟਿਵ ਬਹਿਣਾ, ਤੇ ਰੋਜ਼ ਪਿਆ ਹਾਂ 4-4 ਸ਼ੋਅਾਂ 'ਚ. 32 ਸਾਲ ਉਮਰ ਏਦਾਂ ਕਰਾ. ਹਾਂਜੀ 32 ਸਾਲ. ਕਿਉਂ ਚੂਸਣ ਵਾਸਤੇ? ਤੁਹਾਡੇ ਕੋਲ ਨਹੀਂ ਖਾਧਾ ਹੋ ਜਾਂਦਾ ਯਾਰ? ਤੁਸੀਂ ਪਿੰਡਾਂ 'ਚ ਜਾਓ ਨਾ, ਛੋਟੀ ਸੜਕ ਤੇ 3 ਵਾਰੀ ਮੈਂ ਤੈਨੂੰ ਕਿਉਂ ਦਿੱਤਾ ਕਿ ਤੂੰ ਆਪਣੀ ਗੱਲ ਸਹੀ ਕਰ ਲੈ, ਕਿ ਤੂੰ ਇਹ ਕਹਿ ਦੇਵੇ ਕਿ ਜਾਣੀ ਆ ਨਹੀਂ ਬੋਲਾ ਹੀ ਨਹੀਂ ਹੁੰਦੇ ਆ. ਆਹੋ ਕੋਲ ਬੈਠੇ ਰੋਂਦੇ ਹੁੰਦੇ ਬਜ਼ੁਰਗ, ਪੁੱਛੋ ਕੀ ਹੋਇਆ, ਕਲਾਸ ਪੜ ਕੇ ਇੱਕ ਵਾਰੀ ਮੇਰੇ ਬਚ ਗਈ. ਮੈਂ ਹੁਣ ਨਾ ਗੰਦੀਆਂ ਗੱਲਾਂ ਕਰਾਂਗਾ ਫਿਰ ਤੁਸੀਂ. ਅਸਲ ਚ ਪਤਾ ਕੀ, ਇਹ ਐਸਾ ਟੌਪਿਕ ਆ, ਇਹਦੇ ਜਵਾਬ ਚ ਸਿਰਫ ਗੰਦੀ ਗੱਲ ਹੁੰਦੀ ਹੈ ਕਿ ਮੈਂ ਹੁਣ ਤੈਨੂੰ ਕੀ ਦੱਸਾਂ ਵੀ ਮੈਂ ਕਿੰਨਾ ਜਵਾਨ ਆ. ਅੱਗੋਂ ਸਮਝ ਜਾ ਹੁਣ ਮੈਂ ਤੇ ਕੀ ਕਰਾਂ ਹੁਣ ਮੈਂ. ਤੁਸੀਂ ਪਿੰਡਾਂ ਜਾਓ ਨਾ, ਸੈਂਸਰ ਬੋਰਡ ਵਾਲਿਆਂ ਦਾ ਮੈਨੂੰ ਡਰਨਾ ਨਾ ਹੋਵੇ ਤੇ ਤੈਨੂੰ ਮੈਂ ਦੱਸਾਂ ਪਤਾ. ਪਿੰਡਾਂ ਜਾਓ ਨਾ, ਛੋਟੀ ਸੜਕ ਤੇ ਏਦਾਂ ਦੇ ਬਜ਼ੁਰਗ ਸਾਈਕਲ ਲੈ ਕੇ ਜਾਣਾ, ਪੈਦਲ ਉੱਪਰ ਨਹੀਂ ਚੜਨਾ, ਤਾਂ ਹੀ ਉੱਪਰ ਨਹੀਂ ਚੜਦੇ, ਉੱਚੀ ਜਗ੍ਹਾ ਲੱਭ ਕੇ ਚੜਦਾ ਪੁੱਤ, ਵੀ ਉੱਚੀ ਜਗ੍ਹਾ ਲੱਭੂ ਤੇ ਚੜੂ ਬਾਬਾ. ਰਹਿਣ ਦੇ ਯਾਰ, ਨਾ ਕਰਨਾ ਕਟਾਈ ਕਰਨਾ, ਸਕੂਲ ਨਾਲ ਸੋਨਾ ਬੈਠਾ ਤੂੰ ਐ ਹਿੱਲੀ ਜਾਣ ਦਿਆ ਯਾਰ, ਤੂੰ ਬੋਲਿਆ ਨੀ ਸਾਰੇ ਰਸਤੇ ਤੇ, ਤੁਸੀਂ ਲੱਤਾਂ ਕਢਾਉਂਦੇ ਰਹੇ ਮੇਰੇ ਕੋਲ,
ਇਹਨੇ ਬਹਾਨਾ ਪਾਉਣਾ ਤਦ ਵੀ ਇਹਨੂੰ ਰੋਕਣ ਵੀ ਦੇਣਾ ਹਟਣ ਨਹੀਂ ਦਿਆ ਇਹਨੇ ਕਹਿਣਾ ਮੇਰਾ ਧਿਆਨ ਇੱਧਰ ਸੀ ਘੁਟਾਈ ਐਸੀ ਨਹੀਂ ਹੈ ਕਿ ਇੰਨੀਆਂ ਕਰਦੇ ਹੋਏ ਲੱਤਾਂ ਨਹੀਂ ਨਹੀਂ ਆਹ ਦੇਖ ਸਕੂਨ ਹੁੰਦਾ ਇੱਥੇ ਮੈਂ ਦੇਖਿਆ ਇੱਥੇ ਐਨਜੀਓ ਬਣਦੀਆਂ ਵਾ ਪੂਰਾ ਉਹ ਕੱਟ ਮੈਂ ਕਰ ਰਿਹਾ ਅਮੈਰ ਸਾਹਿਬ ਹਲਕਾ ਜਿਹਾ ਬੋਤਾਬਾਜ਼ੀ ਤੁਸੀਂ ਕਲੀਅਰ ਕੀਤਾ ਵਾ ਕੋਈ ਨੈਨਕਸ਼ ਵੀ ਸਾਫ਼ ਕਰੋ ਵਾਜ਼ੇ ਕਰੋ ਪਤਾ ਲੱਗੇ ਤੂੰ ਇਨਸਾਨ ਦਾ ਬੱਚਾ ਵਾ ਅੱਛਾ ਜੀ ਹਾਂਜੀ ਡੀਲਾ ਹੀ ਨਹੀਂ ਪਾਈ ਜਾਈਦਾ ਹੁੰਦਾ ਇੱਦਾਂ ਅੱਛਾ ਯਾਰ ਤੁਸੀਂ ਮੈਨੂੰ ਇਹ ਦੱਸਣਾ ਪਹਿਲੇ ਮੇਰਾ ਅਵੇਲਾ ਮੈਨੂੰ ਕਿੰਨਾ ਸਿਆਣਾ ਕਹਿਣ ਦੇ ਦੋਵੇਂ ਜਾਣੇ ਹਾਂਜੀ ਤੇ ਮੇਰੇ ਕੋਲ ਕੋਈ ਮਸ਼ਵਰਾ ਲੈ ਲਾ ਹਾਂ ਵਿਆਹ 'ਚ ਤੇਰੇ ਬੜਾ ਕੰਮ ਆਊਗਾ ਤੂੰ ਵੇਖ ਕੇ ਆਇਆ ਕਿਹਨੂੰ ਤੀ ਰਾਣੀ ਨੂੰ ਹਾਂਜੀ ਤੂੰ ਵੇਖ ਲਈ ਹੈ ਹਾਂਜੀ ਬਜ਼ੁਰਗਾਂ ਨੂੰ ਨਹੀਂ ਵਿਖਾਉਣੀ ਸੀ ਨਹੀਂ ਬਜ਼ੁਰਗਾਂ ਨੇ ਪਹਿਲੇ ਦੇਖੀ ਅੱਛਾ ਹਾਂਜੀ ਉਹਨੂੰ ਪਤਾ ਹੈ ਉਹ ਦੂਸਰੇ ਬਜ਼ੁਰਗ ਵਾ ਇੰਜ ਕਰਕੇ ਪਿਆਰ ਦੇਣ ਲੱਗੇ ਅਗਲੀ ਦਾ ਝੁੰਗਾ ਲਾ ਲੈਣਾ ਚੱਲ ਪੁੱਤ ਫਿਰ ਮੈਂ ਚੱਲ ਵੀ ਉਹ ਦੂਜੇ ਬਜ਼ੁਰਗ ਵਾ ਖਾਣ ਪੀਣ ਵਾਲੇ ਤੂੰ ਸਾਨੂੰ ਦਿਖਾ ਭਰਜਾਈ ਭੈਣ ਸਾਹਿਬ ਯਾਰ ਤੇ ਹੁਣ ਕੱਢ ਲੈ ਤੂੰ ਦੇ ਲੈ ਹੈ ਆ ਗਿਆ ਬੜੀ ਗੱਲ ਓਦਾਂ ਵੀ ਘਰ ਬਹਿ ਕੇ ਖਾਂਦਾ ਸੀ ਹੁਣ ਵੀ ਘਰ ਬਹਿ ਕੇ ਖਾਊਗਾ ਨਹੀਂ ਅਸੀਂ ਇਹ ਪਲੈਨਿੰਗ ਕੀਤੀ ਹੈ ਕਿ ਅਸੀਂ ਵਲੋਗਿੰਗ ਸ਼ੁਰੂ ਕਰ ਦੇਣੀ ਅਸੀਂ ਦੋਨੋਂ ਹਾਂ ਗੁੱਡ ਮੀਆਂ ਬੀਵੀ ਨੇ ਦੋਵਾਂ ਨੇ ਅਸੀਂ ਵਲੋਗ ਬਹੁਤ ਚੱਲੇਗਾ ਉਹਦੇ ਨਾਲ ਤੂੰ ਭਾਵੇਂ ਜਿਹੜੀਆਂ ਮਰਜ਼ੀ ਚਵਲਾਂ ਮਾਰੀ ਜੀ ਚੱਲੇਗਾ ਵੀਡੀਓ ਵਲੋਗਿੰਗ 'ਚ ਚੱਲ ਜਾਂਦਾ ਹਾਂ ਬਸ ਉਹ ਹੋਵੇ ਨਾਲ ਤੇਰੇ ਲੇਕਿਨ ਮੇਰੀ ਇੱਕ ਗੱਲ ਸੁਣ ਲਾ ਇਨਸਾਫ ਨਾਲ ਚੱਲੀ ਜੋ ਉਹਦਾ ਹੱਕ ਹੋਇਆ ਉਹਨੂੰ ਦਈ ਜੋ ਤੇਰਾ ਹੱਕ ਹੋਇਆ ਤੂੰ ਰੱਖੀ ਉਹਦੇ ਨਾਲ ਤੂੰ ਭਰਜਾਈ ਦੇਊਗਾ ਤੇਰਾ 10% ਬਣਨਾ ਵਾ ਦੂਜੇ ਖਾਨੇ ਚ ਐਰਰ ਆਉਂਦਾ ਸੀ ਕਿਸੇ ਨਾਮ ਨਹੀਂ ਆਉਂਦੇ ਦੂਜਾ ਖਾਨਾ ਫੁੱਲ ਕਰਨ ਵਾਸਤੇ ਤਾਂ ਨਾਮ ਦੇਣਾ ਬਸ ਐਰਰ ਨਹੀਂ ਤੇਰੇ ਨੈਣ ਨਕਸ਼ਿਆਂ ਦੇ ਡੁੱਲੀ ਹਾਂਜੀ ਸਰ ਲਵ ਤੁਸੀਂ ਮੈਨੂੰ ਨਹੀਂ ਠਾ ਸਕੇ ਇੰਨੀ ਦੇਰ ਚ ਬੱਚਾ ਲੇਰ ਮਾਰੇ ਮਾਂ ਕਹਿੰਦਾ ਚੁੱਪ ਕਰ ਸੌਂ ਜਾ ਪੁੱਤ ਤੂੰ ਕਹਿੰਦਾ ਮੇਰੀਆਂ ਮਿੱਠੀਆਂ ਬਾਜਾਂ ਮੇਰੀਆਂ ਉਨੀ ਦੇਰ ਸਾਜੀ ਉਹਨੇ ਅੱਖਾਂ ਨੀ ਖੋਲਣੀਆਂ ਸੁੱਤੀ ਪਈ ਨੂੰ ਉਹਨੂੰ ਮੈਂ ਉਹਨੇ ਮੈਨੂੰ ਕਿਹਾ ਹੋਇਆ ਵੀ ਸਭ ਤੋਂ ਪਹਿਲੇ ਤੇਰੀ ਵੀਡੀਓ ਕਾਲ ਆਵੇ ਮੈਂ ਚੱਕਣੀ ਆ ਫਿਰ ਅੱਖਾਂ ਖੋਲੀਆਂ ਵੀ ਯਾਨੀ ਕਿ ਅੱਖਾਂ ਖੋਲਾਂ ਸਾਹਮਣੇ ਸਭ ਤੋਂ ਪਹਿਲੇ ਤੇਰਾ ਦੀਦਾਰ ਉਹ ਤੂੰ ਡਾਕਟਰ ਸਿਆ ਵਾ ਵੀ ਤੂੰ ਕਹੀਂ ਦਾਰੂ ਪਾਉਣਾ ਵਾ ਵੀ ਫੇਰ ਅੱਖਾਂ ਖੋਲਣੀਆਂ ਵਾ ਅਈ ਯਾਰ ਦੱਸ ਯਾਰ ਵੀ ਤੂੰ ਮੈਂ ਤਾਂ ਜ਼ਰੂਰ ਦਿਨਾ ਵਿਆਹ ਕਰਨ ਲੱਗਾ ਵੀ ਅੱਖਾਂ ਤਾਂ ਖੋਲਣੀਆਂ ਪਹਿਲੇ ਇੱਕ ਬੰਦੇ ਦਾ ਮਾੜਾ ਮਾੜਾ ਨਾ ਮਾੜੀ ਇੱਕ ਬੰਦੇ ਦੀ ਮਾੜੀ ਮਾੜੀ ਨਜ਼ਰ ਕਮਜ਼ੋਰ ਤੇ ਉਹਦਾ ਆਪਰੇਸ਼ਨ ਕਰਾਇਆ ਅੱਖ ਮਾੜੀ ਮਾੜੀ ਅੱਖਾਂ ਖੋਲੋ ਉਹਨੇ ਅੱਖਾਂ ਖੋਲੀਆਂ ਨਜ਼ਰ ਆਉਣਾ ਬੰਦ ਹੋ ਗਿਆ ਬਿਲਡਿੰਗ ਤੇ ਚੜ ਜਾ ਬਿਲਡਿੰਗ ਤੇ ਚੜ ਜਾ ਆਪਣੀ ਮੰਗੇਤਰ ਨੂੰ ਹੱਥ ਭਾਰ ਦੇਣਾ ਕਰਨ ਦੇ ਖਤਮ ਹੋਣਾ
ਉੱਥੋਂ ਅਗਲੇ ਦਿਨ ਅਸੀਂ ਆਈਸਲੈਂਡ ਦੋਨੇ ਜਾਣਾ। ਓ ਯਾਰ ਆਈਸਲੈਂਡ ਹਲੇ ਰੁਕ ਜਾ, ਉੱਥੇ ਤੇ ਰਹਿਣ ਦੇ, ਉੱਥੋਂ ਆਈਸਲੈਂਡ ਚਲਾ। ਆਈਸ ਨਾ ਨਾ ਆਈਸ ਵਾਲਾ ਕੰਮ ਨਾ ਕਰੀ, ਬਰਬਾਦ ਹੋ ਰਹੀ ਤੇਰੀ। ਮੁਲਕ ਸਤਾਜੀ ਇੱਕ ਖਿੱਤਾ ਵਾ। ਅੱਛਾ ਹਾਂਜੀ, ਉੱਥੇ ਜਾਣਾ ਆਈਸਲੈਂਡ। ਆਈਸਲੈਂਡ ਫਿਰ ਤੁਰ ਕੇ ਆਣਾ, ਯਾਨੀ ਕਿ ਪੂਰਾ ਇੰਜੋਏ ਮਾਹੌਲ, ਲਿਫਟ, ਚੇਅਰ ਲਿਫਟ 'ਚ ਬਹਿ ਕੇ ਝੂਟੇ ਜੇ। ਅੱਛਾ ਅੱਛਾ ਹਾਂਜੀ, ਇੱਕ ਦੂਜੇ ਦੇ ਮੂੰਹ 'ਚ ਆਈਸਕ੍ਰੀਮ ਹੈ। ਕਿਉਂ ਇਹ ਬਾਤ ਤੂੰ ਵੇਖਦਾ ਹੋਣਾ ਉੱਥੇ, ਤੁਸੀਂ ਯਕੀਨ ਮੰਨੋ ਰਾਤੀ ਇਸ ਕਿਸਮ ਦਾ ਕਿਤੇ ਤੂੰ ਦੇਖਦਾ ਹੋਣਾ ਰੋਜ਼ ਰਾਤ ਨੂੰ ਨਾ 9:30 ਵਜੇ ਜਦੋਂ ਨੇ ਜਾਣਾ ਹੁੰਦਾ ਤੇ ਇਹਦੀ ਕੋਈ ਗੱਲ ਨੀ ਮੇਰੇ ਕੋਲ ਆ ਗਈ। ਹਾਂਜੀ ਮੈਂ ਕਹੂੰ ਹਾਂਜੀ ਮੋਟਰਸਾਈਕਲ ਆ ਜਾ ਸਵੇਰੇ ਜਲਦੀ ਆ ਜਾਊਂਗਾ। ਦੱਸ ਕਸਮ ਵਾਲੀ ਗੱਲ ਆ, ਮੈਨੂੰ ਉਠਾ ਹੀ ਦਿੱਤਾ ਹੈ। ਕਸਮ ਨੂੰ ਓਦਾਂ ਨਹੀਂ ਸੀ ਉੱਠਣਾ, ਇੱਕ ਤੇ ਨਕਸ਼ ਨੈਣਾ ਨੇ ਮੈਨੂੰ ਉਠਾ ਦਿੱਤਾ। ਸਤਾਜੀ ਉਹ ਕਹਿੰਦੇ ਤੇਰਾ ਤਿੱਖਾ ਨੱਕ, ਨਸ਼ੀਲੀਆਂ ਅੱਖਾਂ। ਉਹਨੇ ਮੈਨੂੰ ਕਿਹਾ ਤੇਰੀਆਂ ਨਸ਼ੀਲੀਆਂ ਅੱਖਾਂ ਹੈ ਸਤਾਜੀ, ਤੁਸੀਂ ਦੇਖੋ। ਨਹੀਂ ਨਹੀਂ ਇਹ ਨਸ਼ਈ ਵਾਲੀਆਂ ਅੱਖਾਂ ਵਾ ਜਿੰਨੀਆਂ ਨਸ਼ਈ ਵਾਲੀਆਂ। ਨਹੀਂ ਉਹਨੇ ਵੀ ਤੂੰ ਕਿਹਾ ਕਹਿੰਦੇ ਤੇਰਾ ਤਿੱਖਾ ਨੱਕ ਨਾ, ਉਹਨਾਂ ਦਾ ਬਰਫ਼ ਦਾ ਕਾਰੋਬਾਰ, ਉਹਨੇ ਬਰਫ਼ ਤੋੜਿਆ ਯਾਰ। ਨਵਾਂ ਕਾਟਨ ਦਾ ਸੂਟ ਲਿਆਂਦਾ, ਉਹਦੀ ਸ਼ੇਰਵਾਨੀ ਬਣਾਤੀ ਆ, ਇੰਜ ਕਰਕੇ ਪਾਉਣ ਨੱਕ ਫਿਰ ਸਾਰਾ ਇੱਥੋਂ ਪਟ ਗਿਆ, ਸ਼ੇਰਵਾਨੀ 'ਚ ਬਣ ਗਈ। ਬਰਫ਼ ਜੰਮੀ ਹੋਈ ਸੀ ਨਾ ਇੱਧਰ ਤੇ ਸਾਰੀ ਖੁਰ ਕੇ ਬਾਹਰ ਡਿੱਗੀ। ਮੈਂ ਕਿਹਾ ਇਹ ਕੀ ਕੀਤਾ ਕਰਦਾ, ਮੈਂ ਇੱਦਾਂ ਕਰਕੇ ਹੱਥ ਰੱਖੇ ਸਾਜੀ। ਉਹਨੇ ਮੈਨੂੰ ਕਿਹਾ ਫੋਨ ਤੇ ਮੇਰੀ ਰਾਤੀ ਗੱਲ ਹੋਈ ਨਾ, ਕਹਿੰਦੀ ਆਪਣੀ ਜ਼ਿੰਦਗੀ ਦੇ ਜਿਹੜੇ ਤੇਰੇ ਦਿਹਾੜੀ ਦੇ 24 ਘੰਟੇ, ਉਹਨਾਂ 'ਚੋਂ ਸਿਰਫ ਅੱਧਾ ਘੰਟਾ ਤੂੰ ਮੈਨੂੰ ਦੇਣਾ, ਮੈਂ ਤੇਰੀਆਂ ਅੱਖਾਂ 'ਚ ਹੀ ਦੇਖਣਾ ਹੈ, ਹੋਰ ਕੁਛ ਨੀ। ਆਪਣੀ ਜ਼ਿੰਦਗੀ ਦੇ 24 ਘੰਟਿਆਂ 'ਚੋਂ ਅੱਧਾ ਘੰਟਾ ਸਿਰਫ ਮੇਰੇ ਨਾਂ ਕਰ। ਅੱਜ ਕੱਲ੍ਹ ਪਤਾ ਕੀ ਹੋ ਰਿਹਾ ਵਾ, ਅੱਜ ਕੱਲ੍ਹ ਅੱਲਾ ਮਾਫ਼ੀ ਦੇਵੇ, ਅੱਟੀ ਸੱਟੀ ਕਿਤੇ ਹੋਰ ਲੱਗੀ ਹੁੰਦੀ ਹੈ ਤੇ ਬੰਦੇ ਏਦਾਂ ਦਾ ਰਿਸ਼ਤਾ ਲੱਭਦੇ ਆ ਵੀ ਜਿਹੜੇ ਉੱਧਰ ਵੀ ਨਾ ਰੋਕਣ ਸਾਨੂੰ। ਹਾਂਜੀ ਉਹਨੇ ਕਿਤੇ ਹਿਸਾਬ ਨਾਲ ਲਾਇਆ, ਇਹ ਮੈਨੂੰ ਨਿਗਰਾਨ ਸੈਟਅਪ ਲੱਗਣ ਡਿਆ। ਹਾਂਜੀ ਨਿਗਰਾਨ ਸੈਟਅਪ, ਉਹਨੇ ਕਿਹਾ ਵੀ ਇਹ ਨਿਗਰਾਨ ਸੈਟਅਪ ਆ ਜੀ। ਉਹਨੇ ਵਾਲਪੇਪਰ ਤੇ ਮੇਰੀ ਤਸਵੀਰ ਲਾਈ ਆ, ਵਾਲਪੇਪਰ ਤੇ ਆਪਣੇ ਮੋਬਾਈਲ ਤੇ, ਯਾਨੀ ਕਿ ਉੱਠਦੀ ਸਭ ਤੋਂ ਪਹਿਲੇ ਮੇਰਾ ਉਹਨੇ ਦੇਖਣਾ ਹੈ, ਫਿਰ ਸਾਰੀ ਦਿਹਾੜੀ ਮੈਨੂੰ ਉਸਾ ਰਹਿੰਦੀ ਉਹਦੇ ਤੇ, ਉਹ ਸਾਰੀ ਦਿਹਾੜੀ ਇੱਥੋਂ ਚੂਮ ਫੜ ਲਈ ਉਹਨੇ ਆ, ਸਾਰੀ ਦਿਹਾੜੀ ਐ ਲੱਗੇ ਤੇ ਮੇਰੇ ਤਸਵੀਰ ਦੇਖ ਬੈਠੀ। ਤਸਵੀਰ ਦੇਖ ਕੇ ਤੇ ਡੱਬਾ ਫੜ ਕੇ ਫਿਰ ਉਹਦੇ ਚ ਲੋਕੀ ਪੰਜਾਂ ਪੰਜਾਂ ਲੱਤੀ ਪਾ ਤਸਵੀਰ ਦੇਖੀ ਤੇ ਪ੍ਰਾਹੁਣੇ ਆਏ ਤੇ ਉਹਨਾਂ ਨੂੰ ਕਰਾਂ ਕਹਿੰਦੀ ਮੰਗੇਤਰ ਨਜ਼ਰ ਨਹੀਂ ਆਉਣੇ, ਪਤਾ ਨੀ ਕਹਿੰਦਾ ਭਾਈ ਕਿਸੇ ਨੂੰ ਛਲੀ ਦਿਖਾਈ ਲੈ ਗਈ ਉਹਦੇ ਘਰ ਦੇ, ਕਹਿੰਦੇ ਜਾ ਚਾਹ ਲੈ ਗਿਆ, ਕਹਿੰਦੀ ਪਹਿਲੇ ਦੰਗ ਰੋ ਡਰ ਡਕ ਡਕ
ਪਾਇਆ ਤਾਂ ਸਾਡੀ ਗਲੀ ਚ ਤਸਵੀਰ ਦੇਖ ਕੇ ਚੁਣਕ ਜਵਾਕ ਆ ਗਈ ਸਵੇਰੇ ਸਵੇਰੇ ਸਾਈ ਘਰ ਲੇਟ ਆ ਮੂੰਹ ਬਣਾ ਕੇ ਫਿਰ ਸਾਲਿਆ ਤੂੰ ਵੇਖ ਮੈਨੂੰ ਕਹਿੰਦਾ ਅੱਛਾ ਰੂਸੀ ਆਹੋ ਰੂਸੀ ਮੂੰਹ ਨਾ ਵੀ ਕਰ ਓਏ ਹੋਏ ਹੋਏ ਅੱਛਾ 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 ਇੰਜ ਕਰਕੇ ਜਦੋਂ ਵਿਆਹ ਹੋ ਗਿਆ ਇੰਜ ਕਰਕੇ ਤਾਂ ਘੁਣ ਚੁੱਕੇ ਕਰਨੇ ਆ ਸੁਬਹ ਸੁਬਹ ਦੀ ਤਸਵੀਰ ਦੇ ਕਿਧਰ ਰਾਤ ਨੂੰ ਉਦਾਸ ਹੋਈ ਤੇ ਕਰਦੀ ਨਹੀਂ ਪਾਗਲਾ ਪਿਆਰ ਵੇਖਦੇ ਉਮਰ ਅੱਛਾ ਜੀ ਮਾਫ਼ੀ ਇਸ ਵਾਸਤੇ ਸ਼ੁਗਰ ਲੱਗੇ ਆ ਨਹੀਂ ਨਹੀਂ ਇਹਦਾ ਹੋਰ ਅਸੀਂ ਤਾਂ ਆਪਣੇ ਸਾਰੇ ਘਰ ਵਾਲਾ ਸਿਸਟਮ ਆ ਸ਼ੁਗਰ ਕਰ ਰਹੇ ਕਿ ਜਸਟ ਹੋਰ ਗੱਲ ਕੀ ਹੈ ਜੀ ਬਰ ਲਿਆ ਕਿ ਖਿੱਚ ਕੇ ਰੱਖਣਾ ਵਾ ਮੁਹੱਬਤ ਮੈਨੂੰ ਬਸ ਇੱਕ ਚੀਜ਼ ਵੱਲੋਂ ਨਾ ਰੋਕੀ ਕਹਿੰਦੀ ਸਮੋਸੀਆਂ ਮੈਨੂੰ ਬਹੁਤ ਪਸੰਦ ਆ ਚਿਕਨ ਵਾਲੇ ਰੋਲ ਮੈਨੂੰ ਬੜੇ ਪਸੰਦ ਆ ਇਹਦਾ ਇਹ ਤੋਂ ਨਹੀਂ ਰੋਕਣਾ ਮੈਂ ਉਹਨੂੰ ਕਿਹਾ ਵੀ ਅੱਛੀ ਚੀਜ਼ ਨਹੀਂ ਨਹੀਂ ਉਹਨੂੰ ਕਿਹਾ ਉਹ ਹੁਣ ਸੋਰੀ ਉਸ ਕੰਮ ਛੱਡਤਾ ਬੰਦੇ ਨੇ ਪਤਾ ਕੀ ਗੱਲ ਆ ਲੇਕਿਨ ਉਹ ਭਾਬੀ ਜੀ ਨੂੰ ਮੈਂ ਵੀ ਦੱਸਾਂਗਾ ਤੇ ਮੈਨੂੰ ਵੀ ਕਹਿ ਰਹੇ ਸੀ ਪਸੈਂਜਰ ਤੇ ਉਹਨੂੰ ਕਹਿਣਾ ਉਮੈਰ ਭਾਈ ਨੂੰ ਸ਼ੋਰ ਜਿਹੜਾ ਨਾ ਸ਼ੋਰ ਉਹ ਤੋਂ ਬੜੀ ਲੱਜੀ ਆ ਲੀਡ ਨਾ ਹਿੱਲੇ ਤੇ ਜਿਹੜਾ ਨੰਗ ਦਾ ਵੜਦਾ ਨਾ ਅੱਗੇ ਐ ਕਰ ਦੇਣਾ ਵਾ ਐਂ ਅੱਗੇ ਜਿਹੜਾ ਧਿਆਨ ਨਾ ਇਹ ਵੀ ਆਪੀ ਕਹਿ ਰਹੇ ਸੀ ਵੀ ਚੀਜ਼ ਡੱਬੇ ਬਾਰਿਸ਼ ਤੋਂ ਪਹਿਲੇ ਲੰਘਣੇ ਆ ਕਹਿ ਰਹੇ ਸੀਗੇ ਰੋਜ਼ਿਆਂ ਦੇ ਵਿੱਚ ਕਿੰਨੀ ਕੁ ਦੇਰ ਲੰਘ ਜਾਂਦਾ ਵਾ ਉੱਤੇ ਪਕੌੜਿਆਂ ਦੇ ਸਮੋਸਿਆਂ ਦੇ ਪਾ ਕੇ ਖਾ ਲਈਏ ਉਹ ਮੈਨੂੰ ਵੀ ਆਇਆ ਮੈਸੇਜ ਤੇ ਮੈਸੇਜ ਮੈਨੂੰ ਆਪ ਹੀ ਪੁੱਛਦੇ ਉਹ ਕਹਿ ਰਹੇ ਸੀਗੇ ਵੀ ਅਗਰ ਵੀਕ ਤਾਂ ਤੁਹਾਨੂੰ 4000 ਮਿਲਦਾ ਵਾ ਠੇਕੇ ਤੋਂ ਕਿੰਨਾ ਕੁ ਰਾਸ਼ਨ ਆ ਜਾਏਗਾ ਅੱਛਾ ਤੇ ਫਿਰ ਨਾ ਮੇਰੀ ਰਾਤੀ ਬੈਠੇ ਬੈਠੇ ਗੱਲ ਹੋਈ ਅਚਾਨਕ ਮੈਨੂੰ ਪਤਾ ਨੀ ਉਹਨੂੰ ਕੀ ਖਿਆਲ ਆਇਆ ਮੈਨੂੰ ਕਹਿੰਦੀ ਜੇ ਕੈਚਅਪ ਦੀ ਕੈਨ ਲਈਏ ਤੇ ਕਿੰਨੀ ਕੁ ਦੇਰ ਕੱਢ ਜਾਂਦੀ ਸਾਲ ਕੱਢ ਜਾਂਦੀ ਹੈ ਕੈਨ ਮੈਂ ਕਿਹਾ ਮੈਂ ਪੁੱਛ ਕੇ ਦੱਸੂਗਾ ਮੈਨੂੰ ਮਸੀਨ ਦੇ ਮੈਸੇਜ ਆਇਆ ਆਪੀ ਜੀ ਦਾ ਕਹਿੰਦੀ ਮਿੱਠਾ ਭਾਈ ਮੈਂ ਨੂੰ ਪੁੱਛਿਓ ਮੇਰਾ ਜ਼ਿੰਦਗੀ ਤੋੜ ਨਾ ਪਾਏਗਾ ਕਿ ਸੋਫੇ ਝਾੜ ਕੇ ਚੱਲ ਜਾਇਆ ਕਰੇ ਮੈਨੂੰ ਵੀ ਇੱਕ ਮੈਸੇਂਜਰ ਤੇ ਮੈਸੇਜ ਆਇਆ ਆਪ ਕਹਿੰਦੀ ਮੈਂ ਤੈਨੂੰ ਪੁੱਛ ਕੇ ਦੱਸਣਾ ਵਾ ਕਿ ਫੁੱਲ ਟਾਈਮ ਐਂਟਰੀ ਕਰਨੀ ਹੈ ਕਿ ਤੈਨੂੰ ਮੈਂ ਬੁਲਾ ਲੈਣਾ ਕਿਸੇ ਨੇ ਚੱਲ ਆਉਣਾ ਬਾਈ ਆਹੋ ਪਾਪਾ ਆ ਗਏ ਪਾਪਾ ਆ ਜਾਓ ਇਹ ਨਾ ਕਰੀ ਸਹੀ ਗੱਲ ਬਾਕੀ ਚੰਗੀ ਜਗ੍ਹਾ ਰਿਸ਼ਤਾ ਕਰਾਈ ਆ ਸਾਨੂੰ ਵੀ ਪਤਾ ਲੱਗਿਆ ਸੀ ਤੇਰੀ ਬਰਾਤ ਤੇ ਕਾਪੀਆਂ ਮਾਰੇ ਇਹ ਨਾ ਉਹ ਸਾਡੀਆਂ ਕਾਪੀਆਂ ਹਰਾਮ ਰਹੇ ਜਾਣ ਉਸਤਾਦ ਜੀ ਇਹਨਾਂ ਦੇ ਕਾਪੀ ਮਾਰੀਆਂ ਤਾਂ ਸੋਹਣਾ ਲੁੱਟਦਾ ਹੋਵੇ ਆਹਾਂ ਪਹਿਲੇ ਵੀ ਤੇਰੇ ਵਿਆਹ ਤੇ ਮਾਰੀਆਂ ਹੀ ਹੁਣ ਵੀ ਮਾਰ ਦਾਂਗੇ ਨਹੀਂ ਯਾਰ ਨਹੀਂ ਬਸ ਉਸਤਾਦ ਜੀ ਮੈਨੂੰ ਉਹਨੇ ਹੁਣ ਭਲਾ ਕੀ ਕਿਹਾ ਵਾ ਕਹਿੰਦੀ ਮਿੱਠਾ ਭਾਈ ਨੂੰ ਪੁੱਛ ਕੇ ਦੱਸੀ ਵੀ ਅਗਰ ਤੇ ਕੱਚੇ ਮਾਲ ਦੀਆਂ ਘਰ ਬਣਾਈਏ ਸੀ ਤੂੰ ਕਿਹੜੀ ਸ਼ਾਇਦ ਨਾਲ ਉਹਨੂੰ ਚਿਪਕਾਉਣਾ ਵਾ ਉਹ ਕਹਿੰਦੀ ਸਾਡੇ ਕੋਲ ਸੇ ਚਿਪਕਦੇ ਨਹੀਂ ਅਸੀਂ ਘਿਓ ਚ ਪਾਉਂਦੇ ਤੇ ਉਹ ਯਾਰ ਉਹ ਦੇ ਐ ਕਰਕੇ ਡਬਲ ਟੇਪ ਹੁੰਦੀ ਆ ਉਹ ਲਾਈ ਦੇ ਸਮੋਸੇ ਦੇ ਅੰਦਰ ਦੋਵੇਂ
ਆਹੋ ਡਬਲ ਡੇ ਵਿੱਚ ਰੱਖ ਕੇ ਨੂੰ ਕਰਕੇ ਤੇ ਦੇਖਣਾ ਮੈਂ ਨੰਗਦੇ ਵੜਦੇ ਨੂੰ ਕਰੰਟ ਨਾ ਪਵੇ। ਮੈਨੂੰ ਕਹਿੰਦੀ ਵੀ ਚਿਪਸ ਜਦੋਂ ਮੈਂ ਅਕਸਰ ਕੱਢਦੀ ਹਾਂ ਜੁੜ ਜਾਂਦੀ ਆ ਵੀ ਕੋਈ ਐਸਾ ਕੋਈ ਸਿਸਟਮ ਵੀ ਕੱਲੀ ਕੱਲੀ ਨਿਕਲੇ। ਮੈਂ ਕਿਹਾ ਵੀ ਪ੍ਰੋਫੈਸ਼ਨਲ ਪਤਾ ਨਹੀਂ ਭਰਾਵਾ ਮੈਂ ਕਿਹੜਾ ਕੰਮ ਕਰਦਾ। ਬਿਹਤਰੀਨ ਹੱਲ ਉਹੀ ਵੀ ਕੱਲੀ ਕੱਲੀ ਨਿਕਲੇ, ਕੱਲੀ ਕੱਲੀ ਪਾ ਲਓ, ਕੱਲੀ ਕੱਲੀ ਗੱਡੀ ਜਾਓ। ਹੁਣ ਕੀ ਜਾਂਦਾ, ਸਹੀ ਗੱਲ ਹੈ ਯਾਰ। ਤੁਹਾਡੀ ਕੱਲੀ ਕੱਲੀ ਨਹੀਂ ਨਿਕਲੀ, ਇਕੱਠੀਆਂ ਜੁੜ ਜਾਂਦੀ। ਅੱਛਾ ਤੁਹਾਨੂੰ ਜ਼ਿਆਦਾ ਮਸਲਾ ਨਾ, ਤੂੰ 15 ਦਿਨ ਮਿੱਠੇ ਕੋਲੋਂ ਆਈ ਦੇ। ਯਕੀਨਮੰਦ ਜਲਸੇ ਦੇ ਵਿੱਚ ਮਹਿੰਦੀ ਦੇ ਵਿੱਚ ਸਾਰੀ ਬਰਾਤ ਸਾਰਾ ਫੰਕਸ਼ਨ ਸਹੀ ਹੋਣੇ ਦਾ ਸਾਊਂਡ ਵਾਲੇ ਗੋਲੀ ਵੱਜ ਜਾਂਦੀ ਬੈਠਾ ਹੁੰਦਾ, ਫਿਰ ਵੀ ਐ ਬੈਠਾ ਹੁੰਦਾ ਵਧਾ ਗਿਆ ਮੈਂ। ਮਤਲਬ ਸਮੋਸੀ ਦਾ ਕਾਊਂਟਰ ਮੇਨ ਜਗ੍ਹਾ ਵਾ, ਮੇਰੇ ਥੱਲੇ ਬੰਬ ਰੱਖ ਕੇ ਜਾਂਦੇ ਵੀ ਯਾਰ ਇੱਥੋਂ ਕੋਈ ਸਾਰਾ ਮੇਨ ਮਰਕਜ਼ ਜਗ ਪਿਆ ਹੁੰਦਾ ਪਾਣੀ ਦਾ ਥੱਲੇ ਕਾਊਂਟਰ ਤੇ ਆਪ ਰੱਖਿਆ ਉਹ ਠੰਡਾ ਹਵਾ ਮੈਂ ਆਪਣੇ ਰੱਖਿਆ ਬਰਾਤ ਦਰਸ਼ਨ ਆਪ ਥੱਲੇ ਜਾ ਕੇ ਰੱਖਿਆ ਹੁੰਦਾ ਪੜਾ ਦਿੰਦਾ ਸਾਜੀ। ਕਹਿੰਦੀ ਆਲੂ ਕਿੰਨੀ ਕੁ ਦੇਰ ਉਬਾਲ ਲਈ ਤੇ ਚੰਗੀ ਤਰ੍ਹਾਂ ਉਬਲ ਜਾਂਦਾ ਵੀ ਯਾਨੀ ਕਿ ਅਕਸਰ ਸਾਡਾ ਕਹਿੰਦੇ ਆਲੂ ਕੱਚਾ ਰਹਿ ਜਾਂਦਾ ਕੰਮ ਕਰਦੇ ਜਿਹੜਾ ਕਰਦਾ ਉਹ ਦੱਸੂਗਾ ਤੈਨੂੰ ਭਰਾ। ਮੈਨੂੰ ਵੀ ਮੈਸੇਜ ਆਇਆ ਤਾ ਪੁੱਛਿਆ USP ਘਰ ਭੋਜੋ ਚਪੇੜਾ ਕਿੰਨੀਆਂ ਕੁ ਪੈਂਦੀ ਮਹਿੰਦੀ ਦੇ ਗਾਣੇ ਲੈ ਗਏ ਇਲੈਕਸ਼ਨ ਵਾਲੇ ਤਾਂ ਕਿੰਨੀਆਂ ਚੰਡਾ ਪੈਂਦੀਆਂ ਵਾਲੀ ਪੁੜੀ ਤੇ ਇੱਕ ਬਣਾਈ ਦੀ ਨਾ ਆਮ ਸਾਡੇ ਕੋਲ ਉੱਜਦੀ ਨੀ ਬਣਦੀ, ਉਹ ਜਿਹੜੀ ਇੱਕ ਲਹਿਦਾ ਵਿੱਚ ਹਵਾ ਭਰ ਕੇ ਉਹਨਾਂ ਨੇ ਪੂਰੀ ਘੁਮਾ ਕੇ ਉਹ ਤਾਂ ਕਹਿੰਦੀ ਕੀ ਤਰੀਕਾ ਕਰ ਉਹ ਖੁੱਲ ਜਾ ਸਿਮ ਸਿਮ ਵਾਲੀ ਹੁੰਦੀ ਆ, ਤੁਸੀਂ ਪੁੜੀ ਨੂੰ ਖੁੱਲ ਜਾ ਸਿਮ ਸਿਮ ਪੁੜੀ ਆਪੇ ਐ ਖੁੱਲਣ ਲੱਗ ਜਾਏ ਤਾਂ ਭਰਾਵਾ ਇਹ ਤੋਂ ਤੈਨੂੰ ਉਹ ਦੱਸੂਗਾ ਨਾ ਮੈਂ ਕਿਹੜਾ ਕੰਮ ਮੈਂ ਤਾਂ ਦੱਸ ਨਹੀਂ ਰਿਹਾ ਵੀ ਖੁੱਲ ਜਾ ਸਿਮ ਸਿਮ ਵਾਲੀ ਤੋਂ ਪੁੜੀ ਦੇ ਉੱਤੇ ਖਲੋ ਕੇ ਬਹਿ ਕੇ ਨਾ ਕਹਿੰਦਾ ਖੁੱਲ ਜਾ ਸਿਮ ਸਿਮ ਪੁੜੀਆਂ ਪੂਰਾ ਧਾਗਾ ਖੁੱਲ ਗਿਆ। ਭਰਜਾਈ ਨੂੰ ਪੁੱਛੀ ਤੈਨੂੰ ਪਤਾ ਵਾ ਮਿੱਠੇ ਆਲੂ ਤੇ ਜਿਹੜੇ ਪੀਠੀ ਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਉਣੇ ਕਿਚ ਪੀਠੀ ਨੀ ਆਲੂਆਂ ਦੀ ਜਿਹੜੀ ਬਣਦੀ ਜਿਹੜੀ ਉਹ ਰੋਲ ਦੇ ਵਿੱਚ ਵੀ ਤੇ ਸਮੋਸੇ ਦੇ ਵਿੱਚ ਵੀ ਉਹੀ ਚੱਲਦਾ। ਚਲੇ ਛੱਡ ਦੇ ਤੂੰ ਮੈਸੇਜ ਕਰਕੇ ਇਹ ਪੁੱਛੇ ਵੀ ਸੱਤਾ ਮੈਂ ਕਾਲ ਐਂਪਲੀਫਾਇਰ ਆ ਪਾਵਰ ਕਿੱਥੋਂ ਦੇਣੀ ਆ ਤੇ ਪਹਿਲਾਂ ਮੇਨ ਗਵਾਲ ਮੈਂ ਕਿਹੜਾ ਲਾਉਣਾ ਸਰ ਮੇਨ ਗਵਾਲ ਤਬਲੇ ਵਾਲਾ ਸਹੀ ਚੱਲਣ ਡਿਆ ਵਾ ਹਲਕਾ ਖੜਕਾ ਕੇ ਪਿੱਛੇ ਡੁੱਪੀ ਘੁੱਟ ਕੇ ਦੇਖਦਾ ਕਹਿੰਦੀ ਕਿਲੋ ਕਸ਼ਮੀਰ ਘਿਓ ਵਾਲਾ ਪੈਕਟ ਕਿੰਨੀ ਕੁ ਵਾਰੀ ਇਸਤੇਮਾਲ ਕਰ ਸਕਦੇ ਯਾਨੀ ਕਿ ਉਹਦੇ ਚੋਂ ਕਿੰਨੇ ਉਹਨੂੰ ਦੁਬਾਰਾ ਸਾਫ਼ ਕਰਨਾ ਹੋਵੇ ਭਰਾਵਾ ਤੇ ਉਹੀ ਦੱਸੋ ਜਿਹੜਾ ਕੰਮ ਕਰਦਾ ਮਿਹਨਤ ਨਹੀਂ ਯਾਰ ਇਹ ਤਾਂ ਮੇਰਾ ਮਸਲਾ ਨਾ ਤੂੰ ਇਹ ਪੁੱਛੀ ਵੀ ਇੱਥੋਂ ਮਕੂਣੇ ਜਾਣਾ ਵਾ ਦੋ ਡੱਬੇ ਲੈ ਕੇ ਜੋੜੀ ਪੂਰੀ ਕੀ ਕਿਰਾਇਆ ਕੀ ਬਣੂਗਾ ਜਿੰਨਾ ਤੁਸੀਂ ਕਿਰਾਇਆ ਕੀ ਪਾਓਗੇ ਤੇ ਤੁਹਾਡਾ ਆਪਣਾ ਰੈਂਟ ਕੀ ਆ ਮਿੱਠੇ ਤੂੰ ਕਿਉਂ ਗੁੱਸਾ ਕਰਦਾ ਉਹ ਮੈਂ ਕੰਮ ਛੱਡੀ ਬੈਠਾ ਮੈਂ ਤੇ
ਜੈਨੂਇਨ ਗੱਲ ਹੈ ਉਸਤਾਦ ਜੀ, ਮੈਂ ਫੀ ਲੈਣ ਵਾਸਤੇ ਉਸ ਦੁਕਾਨ ਤੇ ਜਾਣਾ ਚਾਹੁੰਦਾ ਉਸਤਾਦ ਜੀ। ਆ ਦੇਖਿਓ ਉਸਤਾਦ ਜੀ, ਹੁਣ ਉਹਨੇ ਮੇਰੇ ਨਾਲ ਰਾਤੀ ਮੈਨੂੰ ਮੈਸੇਜ ਆਇਆ, ਕਹਿੰਦੀ ਆ ਜਿਹੜੇ ਕਾਊਂਟਰ ਵਾਲੇ ਹੁੰਦੇ ਆ ਇਹਨਾਂ ਨੇ ਅਕਸਰ ਛਤਰੀ ਕਿਉਂ ਪੁੱਠੀ ਪਾਈ ਹੁੰਦੀ ਆ ਜ਼ਮੀਨ ਤੇ? ਤੈਨੂੰ ਇਹਨਾਂ ਕਿਸੇ ਸਮੋਸਿਆਂ ਵਾਲੇ ਦਾ ਕਿਉਂ ਪੁੱਛ ਰਹੀ ਹੈ? ਪਤਾ ਨਹੀਂ ਇਹਦਾ ਮਤਲਬ ਪਤਾ ਕੀ ਆ? ਮੈਨੂੰ ਨਾ ਰਾਤੀ ਉਹਨੇ ਪੁੱਛਿਆ ਫੋਨ, ਹਾਂਜੀ ਪੁੱਛਣਾ। ਅੱਛਾ ਕੀ ਪੁੱਛਿਆ? ਮੈਨੂੰ ਕਹਿੰਦੀ ਜੇ ਜਦੋਂ ਆਹ ਕਮੇਟੀ ਵਾਲੇ ਆਉਂਦੇ ਆ ਤੇ ਜਿਹੜੇ ਖਾਣ ਪੀਣ ਵਾਲੇ ਕਾਊਂਟਰ ਹੁੰਦੇ ਇਹ ਕਿੱਥੇ ਲੈ ਕੇ ਭੱਜ ਜਾਂਦੇ ਆ? ਕਹਿੰਦੀ ਇਹਨਾਂ ਨੂੰ ਕਿਉਂ ਭਾਜੜ ਪੈ ਜਾਂਦੀ? ਪਤਾ ਨਹੀਂ, ਮੈਂ ਤਾਂ ਨਹੀਂ ਕੰਮ ਕਰਦਾ, ਜਿਹੜਾ ਕਰਦਾ ਉਹ ਵੀ ਦੱਸੋ। ਮੈਂ ਦੱਸਦਾ ਆਪੀ ਜੀ ਦੇ ਨਾਲ ਮੈਨੂੰ ਆਪੀ ਜੀ ਦਾ ਆਪੀ ਜੀ ਮੈਸੇਂਜਰ ਦੇ ਆਪੀ ਜੀ ਨੇ ਮੈਨੂੰ ਮੈਸੇਂਜਰ ਤੇ ਮੈਸੇਜ ਕੀਤਾ, ਉਹਨੇ ਕਿਹਾ ਮਿੱਠਾ ਭਾਈ ਮੈਨੂੰ ਇਹ ਦੱਸਣਾ ਜਦੋਂ ਮੇਰੇ ਸਰਤਾਜ ਮੇਰੇ ਮੈਰ ਨੂੰ ਡਾਲਾ ਪੈ ਜਾਂਦਾ ਵਾ ਉਹ ਡੱਬੇ ਇਕੱਲੇ ਵਿੱਚ ਰੱਖਦੇ ਆ ਕਿ ਇਹਨਾਂ ਨੂੰ ਵੀ ਵਿੱਚ ਸੁੱਟਦੇ ਆ? ਕਮੇਟੀ ਵਾਲੇ ਬਹੁਤ ਅੱਛੇ ਹੁੰਦੇ ਆ, ਮਿਕਸਰ ਡਾਲਾ ਬਹੁਤ ਬੜਾ ਇੰਜ ਚੱਕਦੇ ਡੱਬੇ ਚੋਂ ਆਵਾਜ਼ ਉਠਾ ਦੀ ਤੇ ਜਿਹੜੀ ਜਿਹੜਾ ਗਾਣਾ ਘੰਟਾ ਪਹਿਲਾਂ ਲਾਇਆ ਹੁੰਦਾ ਉਹਦੇ ਵਿੱਚ ਪਲੇ ਹੋ ਜਾਂਦਾ ਵਾ, ਇਸ ਕਿਸੇ ਸੁਣਦੇ ਹੋ ਚੋ ਆਵਾਜ਼ ਆਉਣੇ ਤਲੋ ਦੀ ਉਹ ਚੰਦੇ ਦਾ ਡੂਦਾ। ਮੈਨੂੰ ਫੋਨ ਕਰਕੇ ਉਹਨੇ ਸਪੈਸ਼ਲ ਕਿਹਾ, ਕਹਿੰਦੀ ਆਹ ਸਮੋਸਿਆਂ ਵਾਲਿਆਂ ਕੋਲ ਦੂਜੀ ਵਾਰੀ ਕੈਚਅਪ ਮੰਗੋ, ਇਹਨਾਂ ਦੀ ਮੌਤ ਕਿਉਂ ਪੈ ਜਾਂਦੀ ਹੈ, ਇਹਨਾਂ ਦੀ ਜਾਨ ਤੇ ਕਿਉਂ ਬਣ ਜਾਂਦੀ ਆ, ਇਹ ਕੀ ਟੈਨਸ਼ਨ? ਕਹਿੰਦੇ ਕਿਉਂ ਨਹੀਂ ਪਤਾ? ਇਹ ਦੱਸੋ ਜਿਹੜਾ ਕੰਮ ਕੀ ਪਤਾ ਵਸ ਉਹਨੂੰ ਪਤਾ ਹੋਣਾ। ਮੈਨੂੰ ਵੀ ਰਾਤੀ ਮੈਸੇਜ ਆਪੀ ਜੀ ਦਾ ਕਿੱਥੇ ਮੈਸੇਂਜਰ ਤੇ, ਕਹਿੰਦੀ ਮੈਂ ਤੁਹਾਨੂੰ ਇਹ ਪੁੱਛਣਾ ਵਾ ਕਿ ਇਹ ਜਦੋਂ ਦੀ ਮੇਰੀ ਛਾਤੀ ਹੋਈ ਨਾ ਰਾਤ ਸੁੱਤੇ ਇਹੀ ਕਹੀ ਜਾਂਦੇ ਪਲੇ ਕਰਾਂ ਭਾਜੀ ਪਲੇ ਕਰਾਂ ਪਲੇ ਕਰਾਂ ਭਾਜੀ ਕਰ ਦੋ ਪਲੇ ਭਾਜੀ ਪਲੇ ਕਰ ਦੋ ਇਹੀ ਕਹੀ ਜਾਂਦੇ ਜੀ ਫਿਰ ਕਿ ਬੰਦਾ ਤੇ ਖਾਬ ਜੀ ਕਹੀ ਜਾਣੇ ਓਏ ਲੀਨਾ ਲਾ ਦੇ ਕੋਈ ਜਣਾ। ਮੈਨੂੰ ਕਹਿੰਦੀ ਆ ਸੜਿਆ ਤੇਲ ਕਿੱਦਾਂ ਸਹੀ ਕਰ ਲਿਆ? ਕਿਹਾ ਉਹਨੇ ਤੈਨੂੰ ਫੋਨ ਕਰਕੇ? ਹਾਂ ਮੈਸੇਜ ਨਹੀਂ ਕੀਤਾ, ਮੈਸੇਜ ਵੀ ਆਇਆ। ਅੱਛਾ ਕੀ ਡਾਇਰੈਕਟ ਹੋ ਗਿਆ ਦੁਬਾਰਾ ਇਹਦੇ ਵਿੱਚ ਕਿਸ ਤਰ੍ਹਾਂ ਕੱਢ ਲੈਂਦੇ? ਇਹ ਤੇ ਉਹ ਦੱਸੋ ਜਿਹੜਾ ਕੰਮ ਕਰਦਾ, ਮੈਨੂੰ ਤੇ ਨਹੀਂ ਪਤਾ ਪ੍ਰਭ। ਮੈਨੂੰ ਵੀ ਮੈਸੇਜ ਆਇਆ ਆਪੀ ਜੀ ਦਾ, ਇਹਦੇ ਮੇਰੇ ਤਵੱਜੋ ਵੀ ਕਰ ਰਹੀ ਹੈ, ਮੈਂ ਪੂਰੀ ਨਹੀਂ ਕੀਤੀ ਆਪੀ ਜੀ ਕਹਿਣ ਦੇ ਸੀਗੇ ਕਿੱਦਾਂ ਕਿਹਾ ਤੈਨੂੰ ਮੈਸੇਂਜਰ ਤੇ? ਅੱਛਾ ਕਹਿੰਦੇ ਮੈਨੂੰ ਕਹਿਣ ਦਾ ਕਾਂਟੇ ਵਿੱਚ ਕੇ ਟਰਸਟ ਵੀ ਰੱਖ ਲਈ ਨਾਲ ਕਿਲੋ ਅਖਬਾਰ ਲਈਏ ਤੇ ਉਹ ਪਰਚੀਆਂ ਜਾਂ ਕਿੰਨੀਆਂ ਬਣ ਜਾਂਦੀਆਂ ਜੇ ਤੇ ਸਮੋਸੇ ਰੱਖ ਕੇ ਦੇਈ ਦੀ ਆ? ਅੱਛਾ ਪਤਾ ਨੀ, ਪਰ ਮੈਂ ਤਾਂ ਨੀ ਕੰਮ ਕਰਦਾ ਜਿਹੜਾ ਕਰਦਾ ਤੈਨੂੰ ਦੱਸ। ਮੈਨੂੰ ਵੀ ਮੈਸੇਜ ਆਇਆ ਆਪੀ ਜੀ ਦਾ ਮੈਸੇਂਜਰ ਤੇ, ਕੱਲਾ ਚੀਜ਼ ਫੜ ਕੇ ਘਰ ਭੇਜ ਲਿਆ, ਕਹਿੰਦੇ ਬੁਲਬੁਲੇ ਉੱਥੇ ਜਾ ਕੇ ਦੇਖੀ ਜਾਓ ਬਾਕੀ ਪ੍ਰੋਗਰਾਮ ਉੱਥੇ ਦੇਖੀ ਜਾਓ। ਯਾਰ ਮੈਨੂੰ ਉਹਨੇ ਉਸਤਾਦ ਜੀ ਜੈਨੂਇਨ ਰਾਤੀ ਪੁੱਛਿਆ ਮੈਸੇਂਜਰ ਤੇ, ਮੈਨੂੰ ਕਾਲ ਆਈ, ਚਲੋ ਵਟਸਐਪ ਤੇ ਕਾਲ ਆ ਗਈ, ਵੀਡੀਓ ਵਟਸਐਪ ਤੇ ਰਾਤੀ ਕਾਲ ਆਈ ਆ,
ਮੈਨੂੰ ਕਹਿੰਦੀ ਛੋਟਾ ਜਿਹਾ ਬਿਜ਼ਨਸ ਵਾ ਵੀ ਆ, ਪੰਜਾਂ ਦੀਆਂ ਤਿੰਨ ਸਮੋਸੀਆਂ ਵਾ, 10 ਰੁਪਏ ਦੇ 3 ਰੋਲ ਆ, ਇਹਨਾਂ ਨੇ ਵੀ ਕਹਿੰਦੀ ਆ ਲਿਖਿਆ ਹੁੰਦਾ ਸ਼ਾਦੀ ਵਿਆਹ ਪਰ ਹਮਾਰੀ ਤਕਰੀਬਾਤ ਹਾਸਿਲ ਕਰ, ਇਹ ਚੱਕਰ ਕਹਿੰਦੀ ਇਹ ਤੈਨੂੰ ਉਹੀ ਦੱਸ ਸਕਦਾ ਜਿਹੜਾ ਵੀ ਉੱਥੇ ਕਿੱਥੇ ਲਾਉਣਾ ਕਹਿੰਦੀ ਮੈਨੂੰ ਵੀ ਰਾਤੀ ਮੈਸੇਜ ਆਇਆ ਪੀਜੀ ਦਾ ਉੱਥੇ ਮੈਸੇਂਜਰ ਤੇ ਕਿਸੇ ਜਗ੍ਹਾ ਤੇ ਕਹਿੰਦੀ ਸੁਸਰਾਲ ਚੱਲੇ ਆ ਤੂੰ ਸਮਝਾਓ ਕੁਛ ਸੁਸਰਾਲ ਜਾਂਦਾ ਵਾ ਤੇ ਨਾਲ ਰਿਕਸ਼ਾ ਰੋਕ ਲੂਗਾ ਕਿੱਥੇ ਮੈਂ ਡੱਬਾ ਦਿੱਤਾ ਵਾ ਤੂੰ ਦੇਖੋ ਚੱਲ ਰਿਕਸ਼ੇ ਤੇ ਮੈਂ ਡੱਬਾ ਲੈ ਕੇ ਆਇਆ ਆਹੋ ਕਹਿੰਦੀ ਆਹ ਜਿਹੜੇ ਸੈਂਡਵਿਚ ਹੁੰਦੇ ਆ ਇਹ ਕਹਿੰਦੀ ਕਰਾਰੇ ਕਿੱਦਾਂ ਬਣਦੇ ਆ ਕਹਿੰਦੀ ਵੀ ਯਾਨੀ ਕਿ ਜ਼ਿਆਦਾ ਕਰਾਰੇ ਸਪਾਈਸੀ ਕਰਨੇ ਹੋਵੇ ਤੇ ਉਦੋਂ ਕਿਹੜਾ ਮਸਾਲਾ ਪਾਉਣਾ ਪੈਂਦਾ ਇਹ ਤੈਨੂੰ ਉਹੀ ਦੱਸੋ ਜਿਹਨੂੰ ਮੈਸੇਂਜਰ ਤੇ ਮੈਸੇਜ ਆਉਂਦੇ ਆ ਅੱਛਾ ਵਿਆਹ ਵੀ ਕੋਈ ਨੀ ਕਰਾਉਣਾ ਮੇਰੇ ਕੋਲ ਲਿਖਾ ਲੋ ਇਹਨੇ ਉਸਤਾਦ ਜੀ ਕੋ ਪੈਸੇ ਪੂਸੇ ਕਢਾਉਣੇ ਕਿਸੇ ਤਰੀਕੇ ਨਾਲ ਇਹਨੇ ਕੋਈ ਜਾਲੀ ਗੁੱਡੀ ਵੀ ਲਿਆਉਣੀ ਆ ਇਹਨੇ ਜਾਲੀ ਬੱਚਾ ਵੀ ਲਿਆਉਣਾ ਈ ਇਹ ਅਰੇਂਜ ਕਰ ਸਕਦਾ ਵਾ ਇਹ ਪੂਰੀ ਫੈਮਿਲੀ ਜੀ ਬਣਾ ਕੇ ਨਾ ਉਸਤਾਦ ਜੀ ਦੇ ਕੇ ਪੇਜ ਕਰਨੀ ਉਸਤਾਦ ਜੀ ਤਿਲ ਕੇ 1 ਲੱਖ ਦੇ ਦੇਣ 2 ਲੱਖ ਦੇ ਦੇਣ ਉਸ ਤੋਂ ਬਾਅਦ ਦੇਖੀ ਤੂੰ ਬੱਚਿਆਂ ਨੂੰ ਜਾਣ ਡਿਆ ਹੋਣਾ ਬੁੜੀ ਗਲੀ ਚ ਨੂੰ ਵੜ ਜਾਣੀ ਆ 35-35 ਸੌ ਤੇ ਲੈਣੇ ਨੇ ਦੋ ਜੀ ਮੈਂ ਜਨਮਨ ਜਿਹੜੀ ਸ਼ਾਇਦ ਹੀ ਲੋੜ ਹੋਵੇ ਮੈਂ ਕਹਿ ਕੇ ਲੈ ਲੂ ਮੈਨੂੰ ਕਿਹੜੀ ਲੋੜ ਲੈ ਲਿਆ ਵਾ ਤੇ ਮੈਂ ਕਹਿ ਦੂੰਗਾ 2-4 ਹਜ਼ਾਰ ਰੁਪਏ ਦੀ ਤੂੰ ਵੀ ਆਪਣਾ ਮਨ ਲਵਾ ਕੇ ਆਪਣੀ ਨੈਸ਼ੀ ਪਾ ਕੇ ਇੱਥੋਂ ਏਸੀ ਲਵਾ ਹੀ ਲਿਆ ਨਾ ਆਪਣਾ ਵੀ ਦੱਸ ਉਹਨੇ ਬੜਾ ਅੰਦਰ ਝੀਲ ਸੈਫਲ ਕਲੂਕ ਬਣਾਤੀ ਆ ਅੱਜ 9 ਹਜ਼ਾਰ ਲਾਇਆ ਵਾ ਉਹਨੂੰ ਪਤਾ ਹੀ ਨਹੀਂ ਸਾ ਜੀ ਘਰ ਜੀ ਐਸੇ ਵਾਲੇ ਮੂੰਹ ਉਹਨਾਂ ਦੇ ਉਹ ਰਜਾਈ ਲੈ ਕੇ ਚਲਾਇਆ ਹੋਇਆ 16 ਤੇ ਉਹ ਫਿੱਟੇ ਮੂੰਹ ਉਹਨੂੰ ਕਾਹਦੋ ਓਹੋ ਮਿਸਟਰ ਪਰਫੈਕਟ ਜਿਦਾਂ ਦਾ ਉਹ ਦੁੱਖ ਮੈਂ ਕਿਹੜਾ ਏਸੀ ਹੈ ਜਿਹੜਾ ਜਿਹੜਾ ਤੁਸੀਂ 1 ਸਾਲ ਲਿਆ ਉਸ ਬੰਦੇ ਨੇ ਕਿਹਾ ਯਾਰ ਹਾਨੋ ਰੈਟ ਆ ਫੁੱਲ ਪਾ 30 ਹਜ਼ਾਰ ਰੁਪਇਆ ਕਿੰਨੇ ਸੈਂਡ ਕੀਤਾ ਸਹੀ ਦੱਸੀ 9 ਹਜ਼ਾਰ ਰੁਪਇਆ ਹਾਂਜੀ ਮੇਰੀ ਗੱਲ ਸੁਣੋ ਏਸੀ ਦੇ ਵਿੱਚ ਮੰਨ ਲਿਆ ਕਿ ਇੱਕ ਤੋਂ ਲੀਕੇਜ ਟੈਕਨੀਕਲ ਆ ਗਈ ਇੱਕ ਲੀਕੇਜ ਸੀ ਇਹ 28 ਮਿਸਤਰੀਆਂ ਨੂੰ ਇਹਨੇ ਦਿੱਤਾ 15 ਦਿਨ ਉਹਨਾਂ ਕੋਲ ਜ਼ਲੀਲ ਹੋਇਆ ਇਹਨੇ ਮਿਸਤਰੀ ਬਦਲਿਆ ਉਹਨੇ ਅਗਲੇ ਦਿਨ ਠੀਕ ਕਰਕੇ ਲਾ ਹਾਂ ਇੰਨਾ ਕੰਮ ਸੀ ਹੁਣ ਉਹ ਮੇਰੇ ਤੇ ਪਾਈ ਜਾਣਾ ਸਤਾਜੀ ਜਿੱਦਣ ਠੀਕ ਹੋ ਅੱਛਾ ਠੀਕ ਹੋ ਗਿਆ ਹੁਣ ਚੱਲ ਪਿਆ ਕੂਲਿੰਗ ਕਰ ਰਿਹਾ ਲਿਆ ਪੋ ਤੇ ਪੈਸੇ ਦਿਓ ਹਾਂ ਦੇ ਹੁਣ ਪੈਸੇ ਦਿਓ ਹੁਣ ਯਾਰ ਉਹ ਹਰਾਮ ਦਾ ਬਾ ਪੈਸੇ ਦਾ ਸੀ ਹਰਾਮ ਦਾ ਕਦੋਂ ਕੈਨ ਵੁੱਟਦਾ ਵਾ ਆਹੋ ਉਹਦਾ ਹੀ ਨਾ ਚੰਗੀ ਕਹਾਣੀ ਪਾ ਲਈ ਜਿੱਤਿਆ ਮੈਂ ਕਲਿੱਪ ਕੱਟ ਕੇ ਮੈਨੂੰ ਸੈਂਡ ਕਰ ਦੇ ਵੀ ਜਿੱਤ ਲਿਆ ਜਾਂ 13 ਵਾ ਲੈ ਲਾ ਤੈਨੂੰ ਮੈਂ ਛੱਡੇ ਪੈਸੇ ਕਰ ਲਓ ਐਡਿਟ ਕਰਾਤਾ ਹੋਣਾ ਕਲਿੱਪ ਲੈ ਤੁਹਾਡੇ ਕੋਲ ਹਰ ਸ਼ੈ ਮੌਜੂਦ ਆ ਦੇਖ ਲੋ ਜੀ ਆਹ ਕੰਮ ਕਿਹੜੀ ਗੱਲ ਹੋਈ ਤੁਸੀਂ ਪੈਸੇ ਮੰਗਣ ਡੇ ਜਦੋਂ ਤੁਸੀਂ ਇੱਕ ਵਾਰੀ ਕਿਹਾ ਸੀ ਅੰਮੀ ਵੀ ਮੈਂ ਆਪਣੀ ਪਾ ਦਵਾਂ ਉਦੋਂ ਤੁਸੀਂ ਕਿਹਾ ਨੀ ਲੈ ਜਾ ਤੇਰਾ ਹੀ ਆ ਉਹ ਜੋ ਤੁਸੀਂ ਕਿਤੇ ਤੇ ਤੇਰੀ ਗੱਲ ਨਹੀਂ ਸੀ ਹੋਈ ਕਿ ਵੀ ਮੈਂ ਪੈਸੇ ਕਟਾਵਾਂਗਾ ਮੈਂ ਤਾਂ ਤਨਖਾਹ ਨਹੀਂ ਵਧੀ ਤੇਰੀ ਤਨਖਾਹ ਮੇਰੀ ਬੜੀ ਕਿਤੇ ਇੰਨੀ ਨਹੀਂ ਵੱਧ ਗਈ ਤਨਖਾਹ ਕਟਾਉਣਾ ਨਹੀਂ ਹੋਈ ਤਨਖਾਹ ਬੜੀ ਕੰਨਾਂ ਤੇ ਪੈਣ ਡਈ ਆ ਮੈਨੂੰ ਰਾਤੀ ਵਟਸਐਪ ਤੇ ਮੈਸੇਜ ਆਇਆ ਚੱਲ ਉਹ ਪਹਿਲੇ ਤੈਨੂੰ
ਪਹਿਲੇ ਕਲੀਅਰ ਕਰਾ ਤੈਨੂੰ ਮੈਸੇਜ ਆਇਆ ਕਾਤੇ ਆ WhatsApp ਤੇ ਹਾਂ WhatsApp ਤੇ ਤੈਨੂੰ ਮੈਸੇਜ ਆ ਰਾਤੀ ਨੂੰ ਮੇਰੇ ਨਾਲ ਵੈਸੇ ਫਿਰਦੀ ਨਹੀਂ ਵਿਚਾਰੀ ਭੈਣ ਆ ਸਾਡੀ ਸਾਡੀ ਭੈਣ ਵਾਲਾ ਮੇਰੀ ਭੈਣ ਆ ਭਰਾਵਾ ਮੈਨੂੰ ਆਇਆ ਮੈਸੇਜ ਉਹ ਕਹਿੰਦੀ ਆ ਨਾਨ ਟਿੱਕੀ ਦਾ 20 ਰੁਪਏ ਵਾਲਾ ਸ਼ਵਾਰਮਾ ਕਿੱਦਾਂ ਬਣਾ ਕੇ ਦੇ ਦਿੰਦੇ ਕਾਗਜ਼ 'ਚ ਲਪੇਟ ਕੇ ਮੈਂ ਕਿਹਾ ਮੈਨੂੰ ਕੀ ਪਤਾ ਉਹਨੂੰ ਹੈਗਾ ਇਹ ਉਹ ਹੀ ਦੱਸੂਗਾ ਜਿਹੜਾ ਕਰਦਾ ਹਾਂਜੀ ਯਾਰ ਤੂੰ ਕਿਉਂ ਮੇਰੇ ਦਿਮਾਗ ਖਰਾਬ ਕਰਨ ਡਿਆ ਵਾ ਅਸੀਂ ਕਿਹੜਾ ਤੂੰ ਚਾਹੁੰਦਾ ਕੀ ਮੈਨੂੰ ਦੱਸ ਦੇ ਉਹ ਚਾਹੁੰਦਾ ਵਾ ਕਿ ਉਹ ਅੱਛਾ ਇਹਦਾ ਕੁਛ ਉਹਨੇ ਪੁੱਛ ਕੇ ਕੀ ਕੰਮ ਕਰਨਾ ਆਹੋ ਨਹੀਂ ਉਹਦੇ ਆਪਣੇ ਭਰਾ ਨੂੰ ਛੋਟੇ ਨੂੰ ਵੀ ਲਵਾ ਕੇ ਦੇਣਾ ਨਾ ਅੱਡਾ ਤਾਂ ਕਰਕੇ ਤਜਰਬਾ ਲੈ ਉਹਨੇ ਕਿ ਤੇਰੇ ਭਰਾ ਨੇ ਸਮਝ ਲਾਇਆ ਸੀ ਉਹਨੇ ਛੱਡ ਦਿੱਤਾ ਹੁਣ ਗੱਲ ਮੁੱਕੀ ਚਲੋ ਸਾਡੀ ਲਓ ਜੀ ਨਾਦਰੀ ਆਪਣਾ ਖਿਆਲ ਰੱਖੋ ਅਗਲੇ ਪ੍ਰੋਗਰਾਮ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਕਹਿ ਰਹੀ ਸੀਗੀ ਕਿਲੋ ਆਲੂਆਂ ਦੀ ਕਿੰਨੀ ਕੁ ਪੀਠੀ ਬਣ ਜਾਂਦੀ ਆ ਵੀ ਕਿੰਨੇ ਕੁ ਸਮੋਸਿਆਂ ਦਾ ਮਾਲ ਬਣ ਜਾਂਦਾ ਛੋਟੀ ਜਿਹੜੀ ਸਮੋਸੀ ਹੁੰਦੀ ਆ ਇਹ ਦੂਸਰੀ ਵਾਰੀ ਬਣਨ ਦੀ ਆ ਆਹੋ ਮੈਨੂੰ ਵੀ ਮਾਈਂਡ ਅਪ ਦਿਓ ਜੀ ਪੀਠੀ ਅੱਗੇ ਬਣ ਗਈ ਹੈ।